ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਆ ਹਉ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਇਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨਾਉ ਨਾ ਜਾਈ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਬੜੇ ਪ੍ਰੇਮ ਦੇ ਨਾਲ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਤੀਸਰਾ ਪੰਥ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ। ਦੋ ਰਸਤੇ ਸੀ ਪਹਿਲਾਂ, ਇੱਕ ਇਸਲਾਮ ਧਰਮ ਦਾ ਅਤੇ ਦੂਸਰਾ ਸਨਾਤਨ ਮਤ ਦਾ, ਹਿੰਦੂ ਧਰਮ ਦਾ। ਪੰਥ ਕਹਿੰਦੇ ਨੇ ਰਸਤੇ ਨੂੰ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਗੁਰਮੁਖ ਗਾਡੀ ਰਾਹੋ ਚਲੰਦਾ, ਜਿਹਨੂੰ ਪ੍ਰਾਣੀ ਭਾਸ਼ਾ ਦੇ ਵਿੱਚ ਕਹਿ ਦਿੱਤਾ ਜਾਂਦਾ ਪ੍ਰਸਥਾਨ, ਮੈਨੇ ਵੱਡਾ ਰੋਡ। ਇੱਕ ਹੁੰਦੀਆਂ ਪੱਗ ਡੰਡੀਆਂ, ਇੱਕ ਹੁੰਦੇ ਛੋਟੇ ਰਸਤੇ, ਇੱਕ ਹੁੰਦਾ ਪ੍ਰਸਥਾਨ, ਮੈਨੇ ਗਾਡੀ ਰਾਹ ਵੱਡਾ ਰਸਤਾ। ਤੀਸਰਾ ਪੰਥ ਕਲਗੀਧਰ ਜੀ ਨੇ ਪ੍ਰਗਟ ਕੀਤਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਇਸ ਨੂੰ ਗੁਰਬਾਣੀ ਦੇ ਉਧਾਰ ਉੱਤੇ ਸੰਸਾਰ ਨੂੰ ਇਹ ਰਸਤਾ ਦਿੱਤਾ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਪਵਿੱਤਰ ਬਚਨ ਆਉਂਦੇ ਨੇ, ਨਾ ਹਮ ਹਿੰਦੂ ਨਾ ਮੁਸਲਮਾਨ,
ਅੱਲਹ ਰਾਮ ਕੇ ਪਿੰਡ ਪੁਰਾਣ। ਜਿਹੜਾ ਹਿੰਦੂ ਧਰਮ ਨਾਲ ਕੋਈ ਨਫ਼ਰਤ ਨਹੀਂ ਪਰ ਉਹਦੇ ਨਾਲੋਂ ਵੀ ਨਿਰਲੇਪ ਵੱਖਰਾ ਰਸਤਾ। ਇਸਲਾਮ ਧਰਮ ਦੇ ਨਾਲ ਵੀ ਕੋਈ ਨਫ਼ਰਤ ਨਹੀਂ, ਸਾਂਝ ਵੀ ਸਾਰੇ ਧਰਮਾਂ ਦੇ ਨਾਲ ਤੇ ਨਵੇਕਲਾ ਰਸਤਾ, ਜਿੱਤੋਂ ਸਗੋਂ ਇਸ ਤਰ੍ਹਾਂ ਕਹਿ ਲਈਏ ਕਿ ਦੋਵਾਂ ਦਾ ਸੈਂਟਰ, ਦੋਵੇਂ ਸਿੱਖਿਆ ਲੈ ਸਕਦੇ ਨੇ। ਜੇ ਕਿਸੇ ਸਨਾਤਨ ਮਤ ਵਾਲੇ ਨੇ ਸਿੱਖਿਆ ਲੈਣੀ ਹੋਵੇ ਤਾਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰੋਂ ਸਿੱਖਿਆ ਪ੍ਰਾਪਤ ਹੋ ਸਕਦੀ ਹੈ। ਦੇਖੋ ਕਿੱਦਾਂ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਜੇ ਕਿਸੇ ਮੁਸਲਮਾਨ ਵੀਰ ਨੇ ਸਿੱਖਿਆ ਲੈਣੀ ਹੋਵੇ ਤਾਂ ਇੰਨੀ ਕੱਟੜ ਸਿੱਖਿਆ ਤੇ ਕੁਰਾਨ ਸ਼ਰੀਫ ਵਿੱਚ ਵੀ ਨਹੀਂ ਲਿਖੀ, ਇੱਥੋਂ ਤੱਕ ਕਿ ਜਿਹੜਾ ਮਸੀਤ ਵਿੱਚ ਮੁਸਲਮਾਨ ਹੋ ਕੇ ਜਾਂਦਾ ਹੀ ਨਹੀਂ ਉਹਦੇ ਵਿੱਚ ਤੇ ਕੁੱਤੇ ਵਿੱਚ ਕੀ ਫਰਕ ਹੈ। ਕੁੱਤੇ ਦੀ ਤੁਲਨਾ ਦੇਣੀ। ਅੱਛਾ, ਜੇ ਕਿਸੇ ਅਦਵੈਤਵਾਦੀ ਸਾਧੂ ਨੇ ਸਿੱਖਿਆ ਲੈਣੀ ਹੈ, ਅਦਵੈਤ ਤੁਸੀਂ ਸਮਝਦੇ ਹੋ ਸਾਰੇ ਗੁਰੂ ਕੇ ਪਿਆਰੇ ਵੀ ਹਰ ਜਗ੍ਹਾ ਪਰਮੇਸ਼ਰ ਦੇਖਣਾ, ਸਾਰਿਆਂ ਨੂੰ ਆਪਣਾ ਮੰਨਣਾ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਵਾ ਤਾਂ ਮੇਲ ਕੀਓ ਮੇਰੇ ਰਾਜਨ। ਹੁਣ ਦੇਖਿਓ ਅਦਵੈਤ ਏਕ ਕ੍ਰਿਸ਼ਨੰਗ, ਆਸਾ ਕੀ ਵਾਰ, ਆਸਾ ਜੀ ਦੀ ਵਾਰ ਸੁਣਦੇ ਨਾ ਆਪਾਂ ਸਾਰੇ, ਏਕ ਕ੍ਰਿਸ਼ਨੰਗ ਸਰਬ ਦੇਵਾ, ਇੱਕ ਜਿਹੜਾ ਕ੍ਰਿਸ਼ਨ ਹੈ, ਇੱਥੇ ਕ੍ਰਿਸ਼ਨ ਦਾ ਮਤਲਬ ਖਿੱਚ ਪਾਉਣ ਵਾਲਾ। ਸਾਰਿਆਂ ਦੇ ਅੰਦਰ ਬੈਠਾ ਹੈ ਤੇ ਸਾਰੇ ਦੇਵਤਿਆਂ ਤੋਂ ਵੱਡਾ ਦੇਵਤਾ ਹੈ। ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਤੇ ਉਹ ਤੇਰੀ ਆਤਮਾ ਨਾਲੋਂ ਵੱਖਰਾ ਨਹੀਂ ਹੈ, ਜਿਹੜੀ ਤੇਰੇ ਸਰੀਰ ਵਿੱਚ ਆਤਮਾ ਬੈਠੀ ਹੈ ਇਹੀ ਉਹ ਪਰਮੇਸ਼ਰ ਹੈ, ਵਾਹਿਗੁਰੂ ਅੰਤਰਜਾਮੀ ਹੈ। ਤੇ ਆਤਮਾ ਕਿਹਦੇ ਸਰੀਰ 'ਚ ਨਹੀਂ, ਤੇ ਤੂੰ ਕਿਸੇ ਨਾਲ ਗੁੱਸੇ ਰਾਜੀ ਹੋਣਾ ਛੱਡ, ਜਿਹੜੀ ਆਤਮਾ ਤੇਰੇ ਅੰਦਰ ਆ ਉਹ ਤੂੰ ਸਾਰਿਆਂ ਦੇ ਅੰਦਰ ਦੇਖ। ਸਤਿਗੁਰੂ ਜੀ ਦਾ ਪਵਿੱਤਰ ਬਚਨ ਆਉਂਦਾ, ਰੋਸ ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ, ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਐਸਾ ਤੀਸਰਾ ਪੰਥ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤਾ ਹੈ। ਬਲਹਾਰ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ, ਸਤਿਗੁਰੂ ਦੀ ਉਸਤਤ ਦੇ ਵਿੱਚ ਪਵਿੱਤਰ ਸ਼ਬਦ ਆਉਂਦਾ ਹੈ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ।
ਏਡੀ ਵੱਡੀ ਤਾਕਤ ਦਾ ਮਾਲਕ ਹੈ। ਜੇ ਚਾਹੇ ਸਿੱਧੇ ਸਿੱਧੇ ਅਰਥ ਕਰੀਏ ਤਾਂ ਮੁਰਦੇ ਦੇ ਵਿੱਚ ਸਵਾਸ ਪਾ ਕੇ ਫਿਰ ਮਿਲਾ ਸਕਦਾ ਹੈ। ਪਸ਼ੂ ਪ੍ਰੇਤ ਮੁਗਧ ਭਏ ਸਰੂਤੇ ਹਰ ਨਾਮਾ ਮੁਖ ਗਾਇਆ। ਜਿਨ੍ਹਾਂ ਦਾ ਜੀਵਨ ਪਸ਼ੂਆਂ ਵਰਗਾ ਹੈ ਤੇ ਪ੍ਰੇਤਾਂ ਦੀ ਨਿਆਈ ਜਿਹੜੇ ਅਪਵਿੱਤਰ ਨੇ, ਜਿਨ੍ਹਾਂ ਨੂੰ ਕੜਾਹ ਪ੍ਰਸ਼ਾਦ ਦਾ ਭੋਗ ਨਹੀਂ ਲੱਗਦਾ, ਜਿਹੜੇ ਕੋਈ ਫਲ ਫਰੂਟ ਵੀ ਨਹੀਂ ਖਾ ਸਕਦੇ, ਇਦਾਂ ਦੇ ਅਪਵਿੱਤਰ ਜੀਵਨ ਵਾਲੇ ਵੀ ਗੁਰੂ ਚਾਹੇ ਤੇ ਪਵਿੱਤਰ ਕਰ ਸਕਦਾ ਹੈ। ਪੂਰੇ ਗੁਰ ਕੀ ਦੇਖ ਬੜਾਈ ਤਾਂ ਕਿ ਕੀਮਤ ਕਹਿਣ ਨਾ ਜਾਈ। ਪਿਆਰੇ ਭਾਈ ਦਇਆ ਸਿੰਘ ਜੀ ਦਾ ਇੱਕ ਬੜਾ ਸੁੰਦਰ ਬਚਨ ਆਉਂਦਾ, ਵੈਸੇ ਅੱਜ ਕੱਲ੍ਹ ਮੈਂ ਕਿਸੇ ਵਿਦਵਾਨ ਸੱਜਣ ਤੋਂ ਸੁਣਿਆ, ਉਹਨਾਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦਾ ਨਾਮ ਲਿਆ। ਜਿੱਥੇ ਦਾਸ ਨੇ ਪੜ੍ਹਿਆ ਉੱਥੇ ਪਿਆਰੇ ਭਾਈ ਦਇਆ ਸਿੰਘ ਜੀ ਦਾ ਨਾਮ ਆਉਂਦਾ। ਚਲੋ ਕੁਝ ਵੀ ਹੋਵੇ, ਆਉਂਦਾ ਤੇ ਗੁਰੂ ਕੇ ਸਿੱਖਾਂ ਦਾ ਨਾਮ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਬਚਨ ਅੱਜ ਕੱਲ੍ਹ ਤੁਸੀਂ ਸ਼ਾਇਦ ਸੁਣਿਆ ਵੀ ਹੋਵੇ, ਭਾਈ ਨੰਦ ਲਾਲ ਸਿੰਘ ਜੀ ਦੇ ਉਹਨਾਂ ਦੇ ਸਾਖੀ ਦੇ ਰੂਪ ਵਿੱਚ ਪ੍ਰਸਿੱਧ ਹੋ ਰਿਹਾ ਕਿ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਵੱਟਾ ਫੜਿਆ, ਪੱਥਰ ਫੜਿਆ ਤੇ ਸੁੱਟ ਦਿੱਤਾ ਨਦੀ ਵਿੱਚ ਤੇ ਉਹ ਡੁੱਬ ਗਿਆ। ਜਿਹੜਾ ਅੱਜ ਕੱਲ੍ਹ ਦਾਸ ਨੇ ਸੁਣਿਆ ਉਹ ਭਾਈ ਨੰਦ ਲਾਲ ਸਿੰਘ ਜੀ ਦਾ ਨਾਮ ਲੈ ਰਹੇ, ਵੈਸੇ ਪਿਆਰੇ ਭਾਈ ਦਇਆ ਸਿੰਘ ਜੀ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਇਹ ਬਚਨ ਹੈ ਮਹਾਰਾਜ ਦਾ, ਪਰ ਆਪਾਂ ਇਸ ਚੱਕਰ 'ਚ ਨਹੀਂ ਪੈਣਾ ਕਿਉਂ ਭਾਈ ਨੰਦ ਲਾਲ ਵੀ ਉਹਨਾਂ ਦੇ ਸਿੱਖ ਨੇ ਤੇ ਪਿਆਰੇ ਭਾਈ ਦਇਆ ਸਿੰਘ ਜੀ ਵੀ, ਪਰ ਫਿਰ ਵੀ ਜਿਹੜੀ ਇਤਿਹਾਸਿਕ ਗੱਲ ਹੋਵੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਤੁਹਾਡੇ ਪਾਸ ਜਾਣਕਾਰੀ ਹੋਵੇ ਤਾਂ ਤੁਸੀਂ ਵੀ ਦੱਸ ਸਕਦੇ ਆ ਵੀ ਕਿੰਨਾ ਦਾ ਨਾਮ ਠੀਕ ਹੈ। ਸਤਿਗੁਰੂ ਪ੍ਰਸ਼ਨ ਕਰਦੇ ਨੇ ਪਿਆਰੇ ਭਾਈ ਦਇਆ ਸਿੰਘ ਦੱਸ ਇਹ ਪੱਥਰ ਕਿਉਂ ਡੁੱਬਿਆ, ਤੇ ਉੱਥੇ ਕਈ ਸੱਜਣਾਂ ਨੇ ਇਹਦਾ ਜਵਾਬ ਬੜਾ ਸੋਹਣਾ ਲਿਖਣ ਦਾ ਯਤਨ ਕੀਤਾ। ਕਿਸੇ ਨੇ ਆਖਿਆ ਜੀ ਪੱਥਰ ਦਾ ਸੁਭਾਅ ਹੀ ਹੈ, ਤੇ ਜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਸੱਜਣ ਹੋਣ ਉਹਨਾਂ ਨੇ ਕਹਿਣਾ ਜਿਹੜੀ ਗ੍ਰੈਵਿਟੀ ਆ ਨਾ ਉੱਪਰ ਤੋਂ ਹੇਠਾਂ ਨੂੰ ਜਾਂਦੀ ਆ। ਪੱਥਰ ਖੁਸ਼ਕ ਪਦਾਰਥ ਹੈ ਤੇ ਪੱਥਰ ਪਾਣੀ ਵਿੱਚ ਤਰ ਨਹੀਂ ਸਕਦਾ। ਹੁਣ ਜਵਾਬ ਕਿੱਥੋਂ ਮੰਗਿਆ ਗਿਆ ਭਾਈ ਦਇਆ ਸਿੰਘ ਜੀ ਤੋਂ? ਸੰਗਤ ਨੇ ਤੇ ਜਵਾਬ ਦਿੱਤਾ ਵਾ ਵੀ ਪੱਥਰ ਦਾ ਸੁਭਾਅ ਡੁੱਬਣਾ ਤੇ ਉਹਨੇ ਡੁੱਬਣਾ ਹੈ, ਪਰ ਭਾਈ ਦਇਆ ਸਿੰਘ ਜੀ ਦੇ ਸਾਹਮਣੇ ਕੀ ਨੇ? ਧੰਨ ਗੁਰੂ ਗ੍ਰੰਥ ਸਾਹਿਬ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਵੀ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜੇ ਚਾਹੇ ਤਾਂ ਇਹ ਗੁੰਗਿਆਂ ਤੋਂ ਵੀ ਅਰਥ ਕਰਾ ਸਕਦਾ ਹੈ, ਜੇ ਚਾਹੇ ਤੇ ਪਿੰਗਲਿਆਂ ਨੂੰ ਪਹਾੜ ਤੇ ਚੜ੍ਹਾ ਕੇ ਇਕੱਲਾ ਚੜ੍ਹਾਊਗਾ ਨਹੀਂ, ਉੱਥੇ ਮਹਿਲ ਪਾ ਕੇ ਦਊਗਾ ਤੇ ਪਿੰਗਲਾ ਰੋਜ਼
ਪਹਾੜ ਤੇ ਜਾ ਕੇ ਆਪਣੇ ਮਹਿਲ ਚ ਆਰਾਮ ਕਰੂਗਾ। ਤੇ ਸਾਡੀ ਅਰਦਾਸ ਵੀ ਇਹੀ ਹੈ, ਜਦੋਂ ਅਸੀਂ ਸੁਖਮਣੀ ਸਾਹਿਬ ਪੜ੍ਹਦੇ ਹਾਂ, ਠੰਡ ਪਾਉਣ ਵਾਲੀ, ਸ਼ਾਂਤੀ ਦੇਣ ਵਾਲੀ, ਡਿਪਰੈਸ਼ਨ ਠੀਕ ਕਰਨ ਵਾਲੀ, ਬੀਪੀ ਠੀਕ ਕਰਨ ਵਾਲੀ ਬਾਣੀ ਪੜ੍ਹਦੇ ਨਾ ਜਦੋਂ ਸੁਖਮਣੀ ਸਾਹਿਬ, ਤਾਂ ਤੁਸੀਂ ਦੇਖੋਗੇ ਪਹਿਲਾਂ ਮਹਾਰਾਜ ਨੇ ਇਹਦੀ ਬਰਕਤ ਰੱਖੀ ਆ। ਕੀ ਤੈਨੂੰ ਇੰਨਾ ਯਕੀਨ ਹੈ ਆਪਣੇ ਮਾਲਕ ਉੱਤੇ? ਜੇ ਹੈ ਤੇ ਫਿਰ ਤੁਸੀਂ ਦੋ ਬਰਕਤ ਦੇ ਸ਼ਬਦ ਪੜ੍ਹ ਕੇ ਫਿਰ ਕੀ ਸ਼ਬਦ ਆਵੇਗਾ? ਤੂੰ ਠਾਕੁਰ ਤੁਮ ਪੈ ਅਰਦਾਸ। ਅਰਦਾਸ ਤੋਂ ਪਹਿਲਾਂ ਇਹ ਸ਼ਬਦ ਨੇ, ਤੇ ਆਪਾਂ ਜਗ੍ਹਾ ਜਗ੍ਹਾ ਬਾਣੀ ਵਿੱਚ ਪੜ੍ਹਦੇ ਵੀ ਹਾਂ ਵੀ ਪਿੰਗਲ ਪਰਬਤ ਪਾਰ ਪਰੇ ਖਲ ਚੱਕਰ ਬਕੀਤਾ ਅੰਧਲੇ ਤੇ ਭਵਨ ਸੁਜਿਆ ਗੁਰ ਭੇਟ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਹੁਣ ਭਾਈ ਦਇਆ ਸਿੰਘ ਜੀ ਵੀ ਜਾਣਦੇ ਨੇ, ਇੱਡੀ ਗੱਲ ਨਹੀਂ ਆ, ਪਰ ਜਿਹਦੇ ਹੱਥ 'ਚ ਪੱਥਰ ਆ ਨਾ, ਜਿਹਨੇ ਸੁੱਟਿਆ ਵਾ, ਉਹ ਸਰਗਣ ਰੂਪ ਆ ਪਰਮੇਸ਼ਰ ਦਾ, ਤੇ ਉਹਦੀ ਗੱਲ ਸਧਾਰਨ ਨਹੀਂ ਹੋ ਸਕਦੀ। ਹੁਣ ਭਾਈ ਦਇਆ ਸਿੰਘ ਜੀ ਦੇ ਸਾਹਮਣੇ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਗੁਰੂ ਜੋ ਚਾਹੇ ਕਰ ਸਕਦਾ। ਇੰਨੀ ਸਮਰੱਥਾ ਸੱਚੇ ਪਾਤਸ਼ਾਹ ਕਲਗੀਧਰ ਦੇ ਵਿੱਚ, ਤਾਂ ਆਪ ਹੈਰਾਨ ਹੋਵੋਗੇ। ਉੱਥੇ ਬਚਨ ਆਵੇਗਾ, ਤੁਧ ਭਾਵੈ ਤਾਂ ਬਖਸ਼ ਲੈ। ਅਰਦਾਸ ਦੇ ਸ਼ਬਦ ਨੇ, ਬੇਨਤੀਆਂ ਦੇ ਸ਼ਬਦ ਨੇ, ਤੇ ਬੇਨਤੀਆਂ ਦੇ ਸ਼ਬਦ ਜਿਹੜੇ ਹੁੰਦੇ ਨੇ, ਅਰਦਾਸ ਦੇ ਸ਼ਬਦ, ਇਹ ਵੱਡੇ ਵੱਡੇ ਮਹਾਂਪੁਰਸ਼ ਵੀ ਪੜ੍ਹਦੇ ਨੇ। ਥੋੜ੍ਹਾ ਜਿਹਾ ਜ਼ਿਕਰ ਕਰਕੇ ਕਲਗੀਧਰ ਜੀ ਦੀ ਉਸਤਤ ਕਰਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਾਮਾ ਜੀ, ਬ੍ਰਹਮ ਗਿਆਨੀ ਬਾਬਾ ਮੋਹਣ ਦਾ ਚਬਾਰਾ ਕਿੰਨਾ ਪ੍ਰਸਿੱਧ ਆ। ਜਿੰਨਾ ਚਿਰ ਗੁੱਸੇ ਰਹੇ ਗੁੱਸੇ ਰਹੇ, ਜਦੋਂ ਪੋਥੀਆਂ ਦੇ ਦਿੱਤੀਆਂ, ਤੇ ਫਿਰ ਕੀ ਬੇਨਤੀ ਕੀਤੀ? ਮੇਰੀ ਅਰਦਾਸ ਕਰੋ, ਮੈਂ ਸਰੀਰ ਛੱਡ ਜਾਣਾ, ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋਣ। ਸੱਚਖੰਡ ਵਿੱਚ ਮੈਨੂੰ ਮਹਾਰਾਜ ਦੀ ਘਰ 'ਚ ਥਾਂ ਪ੍ਰਾਪਤ ਹੋਵੇ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੀ ਬਚਨ ਕੀਤਾ ਸੀ? ਤੁਸੀਂ ਸਮਰੱਥ ਹੋ, ਕਰਨੀ ਵਾਲੇ ਹੋ, ਤੀਸਰੇ ਪਾਤਸ਼ਾਹ ਦੇ ਸਾਹਿਬਜ਼ਾਦੇ ਹੋ, ਤੁਹਾਨੂੰ ਨਹੀਂ ਉੱਥੇ ਥਾਂ ਮਿਲਣੀ? ਕਹਿੰਦੇ ਨਹੀਂ, ਗੱਲ ਇਹ ਨਹੀਂ, ਗੱਲ ਇਹ ਹੈ ਕਿ ਗੁਰੂ ਤੋਂ ਬਿਨਾਂ ਉੱਥੇ ਕਿਸੇ ਨੂੰ ਵੀ ਥਾਂ ਨਹੀਂ ਮਿਲਣੀ। ਇੱਕ ਬ੍ਰਹਮ ਗਿਆਨੀ ਦੇਖੋ, ਕੱਲ ਨੂੰ ਅੰਮ੍ਰਿਤ ਸੰਚਾਰ ਵੀ, ਇਹ ਵੀ ਯਾਦ ਰੱਖਿਓ, ਗੁਰੂ ਤੋਂ ਬਿਨਾਂ ਉੱਥੇ ਥਾਂ ਨਹੀਂ। ਸ੍ਰੀ ਗੁਰੂ ਸਾਹਿਬ ਸਭ ਉੱਪਰ, ਕਰੀ ਕਿਰਪਾ ਸਤਿਯੁਗ ਜਿਨ ਧਰੂਪਰ। ਕਹਿੰਦੇ ਉਦੋਂ ਭਗਵਾਨ ਨੇ, ਨਾਰਾਇਣ ਨੇ ਧਰੂ ਦੀ ਸਹਾਇਤਾ ਕੀਤੀ ਸੀ, ਤੇ ਗੁਰੂ ਕੇ ਸਿੱਖ ਕੀ ਕਹਿੰਦੇ? ਕਹਿੰਦੇ ਨਾਰਾਇਣ ਕੋਈ ਹੋਰ ਨਹੀਂ ਆ, ਇਹੀ ਨਾਰਾਇਣ ਸੀ। ਧੰਨ ਗੁਰੂ ਰਾਮਦਾਸ ਸਾਹਿਬ ਵੀ ਨਾਰਾਇਣ ਸੀ, ਇੰਨੀ ਸ਼ਰਧਾ ਆਪਣੇ ਗੁਰੂ ਉੱਤੇ।
ਵੈਸੇ ਜਿਹੜਾ ਦੂਸਰਾ ਮਤ ਹੈ ਨਾ ਉਹਦੇ ਵਿੱਚ ਭਗਵਾਨ ਵੱਖਰਾ ਹੁੰਦਾ ਤੇ ਗੁਰੂ ਵੱਖਰਾ ਹੁੰਦਾ। ਤੁਸੀਂ ਪੰਡਿਤ ਗੁਲਾਬ ਸਿੰਘ ਜੀ ਨੂੰ ਪੜ੍ਹੋ, ਉੱਥੇ ਸਪਸ਼ਟ ਹੋ ਜਾਊਗਾ ਜਦੋਂ ਉਹ ਮੰਗਲ ਕਰਨਗੇ ਅੱਡ ਅੱਡ। ਗੁਰੂ ਵੱਖਰਾ, ਇਸ਼ਟ ਵੱਖਰਾ, ਭਗਵਾਨ ਵੱਖਰਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨਾ ਸੌਖਾ ਕਰ ਗਈ ਇਹ ਵੀ ਭੇਦ ਕੱਢ ਵਿੱਚੋਂ। ਗੁਰੂ ਤੇ ਭਗਵਾਨ, ਮੈਨੇ ਵਾਹਿਗੁਰੂ ਪਰਮੇਸ਼ਰ, ਕੋਈ ਭੁਲੇਖਾ ਨਾ ਖਾ ਜਿਓ, ਅੱਡ ਅੱਡ ਨਾਂ ਨੇ, ਪਰਮਾਤਮਾ, ਅਕਾਲ ਪੁਰਖ, ਅੰਤਰਜਾਮੀ। ਇਹ ਤੇ ਚਲੋ ਵਿਦਵਾਨਾਂ ਦੀਆਂ ਗੱਲਾਂ ਨਾ ਵੀ ਈਸ਼ਵਰ ਹੁੰਦਾ ਹੈ, ਉਹ ਤੋਂ ਉੱਤੇ ਅੰਤਰਜਾਮੀ ਅਕਾਲ ਪੁਰਖ ਹੁੰਦਾ ਹੈ, ਇੱਕ ਸਾਂਝੇ ਜੇ ਸ਼ਬਦ। ਗੁਰਬਾਣੀ ਕਹਿੰਦੀ ਹੈ ਇਹ ਵੀ ਭੇਦ ਨਹੀਂ ਰੱਖਣਾ, ਜਦੋਂ ਤੂੰ ਆਪਣੇ ਗੁਰੂ ਨੂੰ ਨਮਸਕਾਰ ਕਰਨੀ ਤੂੰ ਰੱਬ ਨੂੰ ਨਮਸਕਾਰ ਕਰਨੀ ਹੈ। ਤੂੰ ਸਮਝਣਾ ਮੈਂ ਪਰਮੇਸ਼ਰ ਨੂੰ ਮੰਨਦਾ ਪਿਆ ਵਾਂ। ਗੁਰ ਗੋਬਿੰਦ, ਗੋਪਾਲ, ਗੁਰ ਗੁਰ ਪੂਰਨ ਨਾਰਾਇਣ, ਗੁਰ ਦਿਆਲ ਸਮਰੱਥ, ਗੁਰ ਗੁਰ ਨਾਨਕ ਪਤਤ ਉਦਾਹਰਣ ਹੈ। ਪੰਚਦਸ਼ੀ ਸੰਸਕ੍ਰਿਤ ਦਾ ਬੜਾ ਪ੍ਰਸਿੱਧ ਤੇ ਰਸ ਭਰਿਆ ਗ੍ਰੰਥ ਆ ਵਿਦਾਂਤ ਦਾ। ਉਹਦਾ ਜਿਹੜਾ ਪਹਿਲਾ ਸਲੋਕ ਆ ਨਾ, ਨਵਾਂ ਸ੍ਰੀ ਸ਼ੰਕਰਾਨੰਦਾ, ਉਹ ਕਹਿੰਦੇ ਮੈਂ ਆਪਣੇ ਗੁਰੂ ਨੂੰ ਪਹਿਲਾਂ ਮੱਥਾ ਟੇਕਦਾ ਸਭ ਤੋਂ। ਕਹਿੰਦੇ ਵੀ ਗੁਰੂ ਕੰਮ ਕੀ ਕਰਦਾ, ਤੁਸੀਂ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋ, ਗੁਰੂ ਕੰਮ ਕੀ ਕਰਦਾ ਵਾ। ਅਸੀਂ ਤੇ ਸੋਚਿਆ ਵੀ ਬਾਹਰ ਭੇਜ ਦਿੰਦਾ ਵਾ, ਤੇ ਭੇਜ ਵੀ ਦਿੰਦਾ, ਸੱਚੀ ਗੱਲ ਆ। ਚਾਰ ਚਾਰ ਵਾਰੀ ਜਿਹਨਾਂ ਨੂੰ ਨਾ ਹੋਈ ਹੁੰਦੀ, ਕੋਈ ਵੀ ਕਾਮਨਾ ਗੁਰੂ ਪੂਰੀ ਕਰਦਾ ਵਾ। ਪਰ ਇੱਕ ਗੱਲ ਬੜੀ ਕਮਾਲ ਦੀ ਉੱਥੇ ਲਿਖੀ, ਕਹਿੰਦੇ ਠੀਕ ਹੈ, ਇਹ ਵੀ ਠੀਕ ਹੈ, ਕੋਈ ਗੱਲ ਨਹੀਂ, ਪਰ ਗੁਰੂ ਦਾ ਕੰਮ ਇਹ ਨਹੀਂ ਹੁੰਦਾ। ਗੁਰੂ ਤੇ ਸਿਰਫ ਇੱਕ ਕੰਮ ਹੀ ਕਰਦਾ। ਉੱਥੇ ਸ਼ਬਦ ਆਉਂਦਾ ਸਾ ਵਿਲਾਸ ਮਹਾ ਮੋਹ ਗ੍ਰਾਸ ਗ੍ਰਾਹੀ ਏਕ ਕਰਮਣੇ। ਜਿਹੜਾ ਮੋਹ ਹੈ ਨਾ, ਇੱਕ ਹੁੰਦਾ ਮੋਹ, ਤੇ ਜੇ ਕੋਈ ਸੱਜਣ ਮੋਹ ਦਾ ਅਰਥ ਕਰੇ, ਤੁਸੀਂ ਸਾਰੇ ਸਿਆਣੇ ਬੈਠੇ ਹੋ, ਕੁਰਬਾਨ ਕੀਤਾ ਤਿਸੇ ਬਿੱਟੋ ਜਿਨ ਮੋਹ ਮਿੱਠਾ ਲਾਇਆ। ਮੋਹ ਦਾ ਅਰਥ ਕੀ ਹੁੰਦਾ? ਪਕੜ, ਖਿੱਚ। ਬੱਚਿਆਂ ਦਾ ਮੋਹ, ਪਰਿਵਾਰ ਦਾ ਮੋਹ, ਪਰ ਇੱਥੇ ਮੋਹ ਦਾ ਅਰਥ ਹੀ ਹੋਰ ਹੈ। ਹੁਣ ਜੇ ਕੋਈ ਸੱਜਣ ਕਵੇ ਵੀ ਮੋਹ ਦਾ ਸਿਰਫ ਅਰਥ ਇੱਕ ਹੀ ਹੈ, ਇੱਥੇ ਮੋਹ ਦਾ ਅਰਥ ਨਾਲੇ ਸ਼ਬਦ ਬਦਲਤਾ, ਉਹ ਕਹਿੰਦੇ ਇਕੱਲਾ ਮੋਹ ਨਹੀਂ, ਮਹਾ ਮੋਹ, ਉਹਨੂੰ ਕਹਿੰਦੇ ਅਗਿਆਨ। ਇੱਥੇ ਮੋਹ ਦਾ ਅਰਥ ਕੀ ਕਰਤਾ ਸੰਤਾਂ ਸਾਧੂਆਂ? ਅਗਿਆਨ। ਤੇ ਮੋਹ ਕੀ ਆ? ਕਹਿੰਦੇ ਇੱਕ ਤੇਂਦੂਏ ਵਰਗਾ, ਮਗਰ ਮੱਛ ਵਰਗਾ। ਆਪਾਂ ਰੋਜ਼ ਪੜ੍ਹਦੇ ਪੰਕ ਜੋ ਮੋਹ ਪੱਗ ਨਹੀਂ ਚੱਲੇ, ਤੁਰਨ ਨਹੀਂ ਦਿੰਦਾ ਕਿਸੇ ਨੂੰ, ਹਮ ਦੇਖਾ ਤੈ ਡੂਬੀ ਵਾਲੇ। ਜਿਹੜਾ ਵੀ ਸੰਸਾਰ ਰੂਪੀ, ਹੁਣ ਕਹਿਣਾ ਤਾਂ ਨਹੀਂ ਚਾਹੀਦਾ, ਕੋਈ ਨਾਰਾਜ਼ਗੀ ਨਾ ਕਰਿਓ, ਚਿੱਕੜ 'ਚ ਜੰਮਿਆ ਆਇਆ, ਉਹ ਤੁਰਿਆ ਹੀ ਨਹੀਂ ਅੱਗੇ ਰੱਬ ਵਾਲੇ ਪਾਸੇ। ਤਿੱਤ ਸਰਵਰੜ ਹੈ,
ਭਈਲੇ ਨਿਵਾਸਾ, ਨਿਵਾਸ ਤੇ ਹਰੇਕ ਨੂੰ ਮਿਲਿਆ। ਪਾਣੀ ਪਾਵਕ ਤਿਨਹਿ ਕੀਆ ਪੰਖ, ਜੋ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈ ਡੂਬੀ ਅਲੇ। ਤਾਂ ਜਿਹੜਾ ਮਹਾ ਮੋਹ ਰੂਪੀ ਤੇਂਦੂਆ ਵਾ ਨਾ, ਉਹਦੇ ਤੋਂ ਤੇਰੀ ਬੁੱਧੀ ਰੂਪ ਲੱਤ ਜਾਂ ਪੈਰ ਜਾਂ ਹੱਥ ਛੁਡਾ ਦੇ। ਕਹਿੰਦੇ ਗੁਰੂ ਆਹ ਕੰਮ ਕਰਦਾ। ਆਪਾਂ ਤੇ ਸਾਰਿਆਂ ਨੇ ਸੋਚਿਆ ਸੀ ਵੀ ਗੁਰੂ ਹੋਰ ਹੀ ਕੁਝ ਕਰਦਾ। ਗੁਰੂ ਤੇ ਕਹਿੰਦੇ ਮੋਹ ਮਾਰਦਾ ਹੈ, ਸਤਿਗੁਰੂ ਵਧੇ ਮੁਕਤ ਕਰਦਾ। ਅੱਜ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਪਏ ਹੋ, ਇਹਨਾਂ ਪ੍ਰਥਾਏ ਬੜਾ ਸੁੰਦਰ ਸ਼ਬਦ ਅਸੀਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ। ਤਾਂ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਪਤਾ ਹੈ ਵੀ ਇਹ ਕਿਹੜਾ ਗੁਰੂ ਹੈ। ਉਹ ਕਹਿੰਦੇ ਮਹਾਰਾਜ ਮੈਨੂੰ ਨਹੀਂ ਪਤਾ ਵੀ ਪੱਥਰ ਦਾ ਸੁਭਾਅ ਡੁੱਬਣਾ ਹੈ, ਪਰ ਮੈਨੂੰ ਤੇ ਇੱਕ ਹੀ ਗੱਲ ਦਾ ਪਤਾ ਵੀ ਜਿਹੜਾ ਤੇਰੇ ਹੱਥੋਂ ਗਿਆ ਉਹ ਗਿਆ, ਬਸ ਡੁੱਬਿਆ ਹੀ ਡੁੱਬਿਆ। ਉਹ ਜਿਹੜਾ ਮਰਜ਼ੀ ਹੋਵੇ, ਭਾਵੇਂ ਜਿਹੜਾ ਤੇਰੇ ਨਾਲੋਂ ਟੁੱਟ ਗਿਆ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਦੇ ਫਿਰ ਪੈਰ ਨਹੀਂ ਲੱਗਣੇ ਕਿਸੇ ਪਾਸੇ ਵੀ। ਸੋ ਐਸੇ ਕਲਗੀਧਰ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ। ਸ਼ਬਦ ਦੇਖੋ ਕਿੱਡਾ ਸੋਹਣਾ, ਖਾਲਸਾ। ਮੋਮਨ ਦਾ ਜਾਂ ਇਸਲਾਮ ਦਾ ਅਰਥ ਕੀ ਹੁੰਦਾ? ਜਿਹੜੇ ਬਹੁਤ ਸ਼ਾਂਤ ਹੁੰਦੇ, ਸਾਫ਼ ਹੁੰਦੇ, ਪਵਿੱਤਰ ਹੁੰਦੇ। ਪਰ ਜਿਹੜਾ ਖਾਲਸਾ ਸ਼ਬਦ, ਇਹ ਸ਼ਬਦ ਹੀ ਦੇਖੋ ਕਿੱਡਾ ਕਮਾਲ ਦਾ। ਮੈਨੇ ਸ਼ੁੱਧ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਜਿਹਦੇ ਵਿੱਚ ਕੋਈ ਪਖੰਡ ਨਹੀਂ, ਵਿਖਾਵਾ ਨਹੀਂ। ਸਾਡਾ ਸਾਡੇ ਪਰਿਵਾਰਾਂ 'ਤੇ ਅਸਰ ਕਿਉਂ ਨਹੀਂ ਪੈਂਦਾ? ਸਾਡਾ ਸਾਡੇ ਬੱਚਿਆਂ 'ਤੇ ਅਸਰ ਕਿਉਂ ਨਹੀਂ ਪੈਂਦਾ? ਕਿਉਂ ਸਾਡੇ ਕਰਮ ਹੋਰ ਤਰ੍ਹਾਂ ਦੇ ਨੇ ਅਤੇ ਸਾਡੀਆਂ ਗੱਲਾਂ ਹੋਰ ਤਰ੍ਹਾਂ ਦੀਆਂ ਨੇ, ਸਾਡਾ ਵਿਵਹਾਰ ਹੋਰ ਆ। ਇਸ ਕਰਕੇ ਅਸੀਂ ਲੱਖ ਯਤਨ ਕਰੀਏ ਵੀ ਸਾਡਾ ਸਾਡੇ ਬੱਚਿਆਂ 'ਤੇ ਅਸਰ ਪਵੇ, ਨਹੀਂ ਪੈਣਾ। ਅਤੇ ਖਾਲਸਾ ਕਿਹਨੂੰ ਕਹਿੰਦੇ? ਜਿਹਦੇ 'ਚ ਮਿਲਾਵਟ ਹੀ ਕੋਈ ਨਹੀਂ ਹੈ, ਜਿਹਦੇ 'ਚ ਪਖੰਡ ਹੀ ਕੋਈ ਨਹੀਂ ਹੈ। ਅਤੇ ਸਤਿਗੁਰੂ ਬੜਾ ਸੁੰਦਰ ਇਤਿਹਾਸ ਬਚਨ, ਭਰਮ ਭੇਖ ਤੇ ਰਹੇ ਨਿਆਰਾ, ਸੋ ਸਤਿਗੁਰ ਖਾਲਸ ਹਮਾਰਾ। ਜਿਹੜਾ ਕਿਸੇ ਭਰਮ ਦੀ ਵਿੱਚ ਨਹੀਂ ਪੈਂਦਾ, ਕਿਸੇ ਭੇਖ ਨੂੰ ਕਰਕੇ ਨਹੀਂ ਦਿਖਾਉਂਦਾ, ਕੋਈ ਨਾਰਾਜ਼ਗੀ ਨਾ ਕਰਿਓ। ਕਬੀਰ ਸਾਹਿਬ ਦਾ ਬੜਾ ਸੁੰਦਰ ਸ਼ਬਦ ਹੈ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ। ਅਤੇ ਅੱਗੇ ਫਿਰ ਭੇਖ ਤੇ ਦੇਖੋ ਕਿੱਡਾ ਵੱਡਾ ਵਾ, ਕੱਪੜਿਆਂ ਦੀ ਕੋਈ ਕਮੀ ਨਹੀਂ ਆ, ਪਰ ਕਹਿਣਾ ਪੈ ਗਿਆ ਉਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ।
ਤੇ ਇਹ ਸਿਰਫ ਕਿਸੇ ਇੱਕ ਧਰਮ ਵਾਸਤੇ ਤਾਂ ਨਹੀਂ ਆ। ਜਿਹੜਾ ਮਹਾਤਮਾ ਦਾ ਉਪਦੇਸ਼ ਹੈ ਉਹ ਤੇ ਫਿਰ ਸਾਰਿਆਂ ਵਾਸਤੇ ਹੁੰਦਾ ਕਿ ਸਿਰਫ ਇਹ ਕਿਸੇ ਧਰਮ ਵਾਸਤੇ ਆ। ਹੁਣ ਕੱਪੜੇ ਭੇਖ ਮੈਨੇ ਕੱਪੜੇ, ਕਲਗੀਧਰ ਸੱਚੇ ਪਾਤਸ਼ਾਹ ਦਾ ਤੁਸੀਂ ਸਵਈਆ ਪੜ੍ਹਦੇ ਹੋ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ। ਹੁਣ ਇਹ ਸੰਸਕ੍ਰਿਤ ਦਾ ਸ਼ਬਦ ਆ। ਲਿੰਗ ਦਾ ਅਰਥ ਹੁੰਦਾ ਵਾ ਚਿੰਨ, ਪ੍ਰਤੀਕ, ਜਿਵੇਂ ਗਲ ਚ ਕਰੋਸ ਨਹੀਂ ਪਾਏ ਹੁੰਦੇ ਸਾਈਆਂ ਨੇ, ਇਹ ਸੰਸਕ੍ਰਿਤ ਦਾ ਸ਼ਬਦ ਆ। ਜਾਂ ਗਲ ਦੇ ਵਿੱਚ ਮਾਲਾ ਪਾਈਆਂ ਹੁੰਦੀਆਂ ਨੇ, ਤੇ ਇਹ ਸ਼ਬਦ ਇੱਕ ਧਰਮ ਨੂੰ ਚੜਾਉਣ ਵਾਸਤੇ ਨਹੀਂ ਆ ਵੀ ਤੁਸੀਂ ਦੂਜੇ ਧਰਮ ਨੂੰ ਰੱਜ ਕੇ ਇਹਦੀ ਪੰਕਤੀ ਫੜ ਕੇ ਤੇ ਜਿਉਂ ਲੱਗੋ ਉਹਨਾਂ ਦੀ ਨਿੰਦਿਆ ਕਰਨ। ਇਹ ਸ਼ਬਦ ਸਾਡੇ ਵਾਸਤੇ ਵੀ ਆ ਵੀ ਤੂੰ ਵੀ ਤੇ ਮਹਾਰਾਜ ਦੇ ਚਿੰਨ ਧਾਰਨ ਕੀਤੇ ਪਰ ਅੰਦਰੋਂ ਕੀ ਆ ਤੂੰ, ਚਿੰਨ ਤੇ ਤੇਰੇ ਦਿਖਦੇ ਨੇ ਬਾਹਰੋਂ ਸਾਰੇ। ਤਾਂ ਇੱਥੇ ਕੀ ਅਰਥ ਹੋ ਗਿਆ ਫਿਰ ਜਿਹੜੇ ਚਿੰਨ ਧਾਰਨ ਕੀਤੇ ਨੇ, ਰੁਦਰਾਕਸ਼ ਦੀਆਂ ਮਾਲਾ ਧਾਰਨ ਕੀਤੀਆਂ ਨੇ, ਜੇ ਕੋਈ ਸੱਜਣ ਗੁੱਸਾ ਨਾ ਕਰੇ ਤੇ ਇੱਕ ਬਚਨ ਕਈ ਵਾਰੀ ਨਾ ਸਮਾਂ ਸੁਣਾਉਂਦਿਆਂ ਸੁਣਾਉਂਦਿਆਂ ਵਿਦਵਾਨ ਦੀ ਬੁੱਧੀ ਕਈ ਵਾਰੀ ਕਈ ਖਿਆਲਾਂ 'ਚ ਹੁੰਦੀ ਹੈ ਵੀ ਇਹ ਚੀਜ਼ ਸੰਗਤ ਵਿੱਚ ਬੇਨਤੀ ਕਰਾਂ, ਕਈ ਵਾਰੀ ਛੁੱਟ ਵੀ ਜਾਂਦੀ, ਕਈ ਪ੍ਰੇਮੀ ਗੁੱਸਾ ਵੀ ਕਰਦੇ। ਇਹਨੂੰ ਨਿੰਦਿਆ ਨਾ ਸਮਝਿਓ। ਦਸਵੇਂ ਪਾਤਸ਼ਾਹ ਕਹਿੰਦੇ ਮੇਰਾ ਜਿਹੜਾ ਖਾਲਸਾ ਉਹ ਪਖੰਡ ਨਹੀਂ ਕਰੂਗਾ ਕਦੀ, ਉਹ ਭੇਖ ਨਹੀਂ ਕਰੂਗਾ। ਤੇ ਆਪ ਜੀ ਦੀ ਬਾਣੀ ਅੰਦਰ ਤੇ ਤੁਕਾਂ ਬਹੁਤ ਵਾਰ ਆਉਂਦੀਆਂ ਨੇ ਜਿੱਥੇ ਪਖੰਡ ਦਾ ਖੰਡਨ ਕੀਤਾ ਜਾਂਦਾ ਵਾ ਵੀ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਇੱਕ ਸੱਜਣ ਸੀ, ਉਹਨੇ ਬੜਾ ਪਖੰਡ ਕਰਨਾ, ਉਹ ਪੈਰਾਂ ਦੇ ਪੰਜਿਆਂ ਦੇ ਭਾਰ ਤੇ ਤੁਰਦਾ ਹੁੰਦਾ ਸੀ, ਅੱਡੀ ਨਹੀਂ ਸੀ ਲਾਉਂਦਾ ਥੱਲੇ। ਉਹਨੂੰ ਕਿਸੇ ਨੇ ਪੁੱਛਿਆ ਇਸਲਾਮ ਧਰਮ ਦੇ ਵੱਲੋਂ ਇਹ ਗਾਥਾ ਵਾ, ਆਪਣੇ ਵੱਲੋਂ ਨਹੀਂ, ਉੱਧਰ ਦੂਸਰੇ ਧਰਮਾਂ ਦੀ ਸਾਂਝ ਕਰੀਜੇ ਗੁਣਾ ਕੇਰੀ, ਗੁਣ ਦੀ ਸਾਂਝ ਪਾਉਣੀ ਚਾਹੀਦੀ ਹੈ। ਉਹ ਕਹਿੰਦਾ ਕੀੜੀ ਥੱਲੇ ਆ ਕੇ ਮਰ ਜਾਂਦੀ ਹੈ। ਦੇਖ ਲਓ ਜਿਹੜਾ ਇਸਲਾਮ ਸ਼ਬਦ ਹੈ ਇਹਦੇ ਅਰਥ ਬਣਦੇ, ਮੁਸਲਮਾਨ ਸ਼ਬਦ ਨੇ ਗੁਰਬਾਣੀ ਨੇ ਵੀ ਅਰਥ ਕੀਤੇ, ਜਿਹੜੇ ਬਹੁਤ ਦਿਆਲੂ ਕਿਰਪਾਲੂ ਸ਼ਾਂਤ ਲੋਕ ਹੋਣ, ਪਰ ਜੋ ਸੰਸਾਰ 'ਚ ਹੈ ਉਹ ਬਿਲਕੁਲ ਉਲਟ ਹੈ। ਉਹ ਬਹੁਤ ਉਹਦੀ ਮੰਨਤਾ ਹੋਈ, ਉਹਨੂੰ ਪੀਰ ਕਰਕੇ ਮੰਨਿਆ ਗਿਆ। ਅਤੇ ਕਈ ਵਾਰੀ ਡਰ ਵੀ ਲੱਗਦਾ ਇਹੋ ਜਿਹੀ ਸਾਗੀ ਸੁਣਾਉਂਦਿਆਂ, ਪਖੰਡ ਦਾ ਖੰਡਨ ਕਰਨਾ ਹੁੰਦਾ ਹੋਰ ਹੀ ਬੰਨੇ ਚਲੇ ਜਾਂਦੀ ਹੈ, ਅਤੇ ਫਿਰ ਕਈ ਵਾਰੀ ਕਥਾਵਾਚਕ ਦੇ ਸਿਰ 'ਤੇ ਗੱਲ ਆ ਪੈਂਦੀ। ਫਿਰ ਸ਼ੁਰੂਆਤ ਇਹਦੀ ਇੱਥੋਂ ਹੁੰਦੀ ਹੈ ਕਿ ਕੋਈ ਬੜਾ ਦਾਨੀ ਸੱਜਣ ਸੀ, ਇਮਾਨਦਾਰ ਸੱਜਣ ਸੀ, ਰੱਬ ਨੂੰ ਮੰਨਣ ਵਾਲਾ ਸੱਜਣ ਸੀ, ਉਹਦੀ ਘਰ ਵਾਲੀ
ਉਹ ਕਹਿਣ ਲੱਗੀ ਕਿ ਮੈਂ ਜਦੋਂ ਗੁਸਲਖਾਨੇ ਵਿੱਚ ਜਾਂਦੀ ਤੇ ਉੱਤੇ ਦਰਖਤ ਲੱਗਾ ਪੁਰਾਣੇ ਘਰ ਮਿੱਟੀ ਦੇ, ਇਸ਼ਨਾਨ ਘਰ ਦੇ ਉੱਤੇ ਦਰਖਤ ਲੱਗਾ ਤੇ ਦਰਖਤ ਦੀਆਂ ਟਹਿਣੀਆਂ ਉੱਤੇ ਪੰਛੀ ਬਹਿੰਦੇ ਆ, ਕਾਂ ਕਬੂਤਰ ਘੁੱਗੀਆਂ। ਤੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਕੋਈ ਪੰਛੀ ਵੀ ਮੇਰੇ ਵੱਲ ਦੇਖੇ। ਮੈਂ ਫਿਰ ਮਾਫੀ ਮੰਗਦਾ, ਕੋਈ ਗੁੱਸਾ ਨਾ ਕਰਿਓ। ਇਹ ਜੋ ਉੱਥੇ ਲਿਖਿਆ ਤੇ ਉਹਨਾਂ ਨੇ ਸੁਣਾਉਂਦੇ ਨੇ, ਉਹ ਕਹਿੰਦਾ ਫਿਰ ਬੜਾ ਦਿਆਲੂ ਸੱਜਣ ਸੀ, ਬੜਾ ਸਾਫ ਦਿਲ ਦਾ ਬੰਦਾ ਸੀ। ਉਹ ਕਹਿੰਦੀ ਦਰਖਤ ਵਢਾ ਦੇ, ਕਿੰਨਾ ਕੁ ਦੇਖੋ ਚੰਗਾ ਬੰਦਾ ਹੋਊਗਾ। ਉਹ ਕਹਿੰਦਾ ਦਰਖਤ ਵੱਢ ਦਿੰਦੇ ਆ। ਦਰਖਤ ਵੱਢ ਦਿੱਤਾ ਗਿਆ। ਸਮਾਂ ਬੀਤਿਆ, ਕੁਝ ਸਾਲਾਂ ਬਾਅਦ ਇੱਕ ਦਿਨ ਉਹ ਕੰਮ ਤੋਂ ਘਰੇ ਵਾਪਸ ਆਇਆ ਤੇ ਜਦ ਉਹਨੇ ਦੇਖਿਆ ਕਿ ਉਹਦੀ ਔਰਤ ਉਹੀ ਜਿਹੜੀ ਹੈ ਉਹ ਕਿਸੇ ਪਰਾਏ ਮਰਦ ਨਾਲ ਗੱਲ ਕਰਦੀ ਪਈ, ਉਹਦੇ ਘਰ 'ਚ ਹੀ ਬੈਠੀ। ਸਮਝਦਾਰ ਨੂੰ ਇਸ਼ਾਰਾ ਹੀ ਬੜਾ ਹੁੰਦਾ ਹੈ। ਬੜੀ ਸੱਟ ਵੱਜੀ। ਇਹ ਤੇ ਕਹਿੰਦੀ ਸੀ ਵੀ ਪੰਛੀ ਵੀ ਮੈਨੂੰ ਨਾ ਦੇਖਣ। ਧੰਨ ਬਾਬਾ ਕਬੀਰ ਸਾਹਿਬ ਕਹਿੰਦੇ ਜਦੋਂ ਤੁਸੀਂ ਮਰਿਆਦਾ ਤੋਂ ਵੱਧ ਆਪ ਹੀ ਬਣਾ ਲੈਂਦੇ ਨਾ ਸਾਰਾ ਕੁਝ, ਜਿਹਦਾ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਲੋਕ ਵਿਖਾਵਾ। ਇਹ ਅੱਜ ਸਿੱਖਾਂ 'ਚ ਵੀ ਬਹੁਤ ਆ। ਜਿਹੜਾ ਦਸਵੇਂ ਪਾਤਸ਼ਾਹ ਨੇ ਇਹੋ ਜਿਹਾ ਕੁਝ ਨਹੀਂ ਸ਼ੁਰੂ ਕੀਤਾ, ਜਾਂ ਦਸਵੇਂ ਪਾਤਸ਼ਾਹ ਨੇ ਕੋਈ ਏਦਾਂ ਦੀ ਮਰਿਆਦਾ ਨਹੀਂ ਬਣਾਈ, ਪਰ ਅਸੀਂ ਆਪੇ ਬੜੀਆਂ ਬਣਾਈਆਂ ਨੇ। ਤੇ ਏਦਾਂ ਦਾ ਧਰਮ ਬਣਾ ਕੇ ਪੇਸ਼ ਕਰਦੇ ਹਾਂ ਵੀ ਆਮ ਬੰਦਾ ਤੇ ਸਿੱਖ ਬਣ ਹੀ ਨਹੀਂ ਸਕਦਾ। ਤੇ ਦੂਜੇ ਸਿੱਖ ਨੂੰ ਏਦਾਂ ਸਮਝਦੇ ਹਾਂ ਵੀ ਜਿੱਦਾਂ ਇਹਨੇ ਨਰਕਾਂ 'ਚ ਹੀ ਜਾਣਾ ਤੇ ਮੈਂ ਹੀ ਸੱਚਖੰਡ 'ਚ ਥਾਂ ਬੁੱਕ ਕਰਾਇਆ। ਤੁਸੀਂ ਹੈਰਾਨ ਹੋਵੋਗੇ, ਉਹਦੇ ਇੰਨੀ ਸੱਟ ਲੱਗੀ ਉਹ ਘਰੇ ਨਹੀਂ ਗਿਆ ਬਾਅਦ 'ਚ ਸਾਰੀ ਉਮਰ ਹੀ। ਉਹ ਹੋਰ ਕਿਸੇ ਈਰਾਨ ਦੇ ਸ਼ਹਿਰ 'ਚ ਚਲੇ ਗਿਆ। ਜੇ ਦਾਸ ਭੁਲੇਖਾ ਨਾ ਖਾਵੇ, ਈਰਾਨ ਇਰਾਕ ਕਿਸੇ ਸ਼ਹਿਰ 'ਚ ਗਿਆ, ਉੱਥੇ ਕਾਰੋਬਾਰ ਸ਼ੁਰੂ ਕੀਤਾ। ਖੁਦਾ ਪਰਮੇਸ਼ਰ ਵਾਹਿਗੁਰੂ ਨੇ ਖੁੱਲ੍ਹੀ ਬਰਕਤ ਦਿੱਤੀ, ਕਿਉਂ ਜਿਹੜਾ ਖਿਮਾ ਕਰਨਾ ਨਾ ਖਿਮਾ, ਇਹ ਵੀ ਕਿਸੇ ਵੱਡੇ ਤਾਪ ਵਾਲੇ ਦੇ ਹਿੱਸੇ ਆਉਂਦਾ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਜਿੰਨੀ ਲੜਾਈ ਆ ਈਗੋ ਦੀ ਆ, ਹਉਮੈ ਦੀ ਲੜਾਈ ਆ, ਨਾ ਉਹ ਝੋਕੇ ਰਾਜੀ ਆ ਨਾ ਉਹ ਝੋਕੇ ਰਾਜੀ ਆ। ਹੰਸਾਲੀ ਵਾਲੇ ਸੰਤਾਂ ਕੋਲੇ ਕੇਸ ਚਲੇ ਗਿਆ ਵੀ ਘਰ ਵਾਲੀ ਗੁੱਸੇ ਹੋ ਕੇ ਚਲੇ ਗਈ ਆ। ਸੰਤਾਂ ਦੇ ਮੂੰਹ ਚੋਂ ਸਹਿਜ ਸੁਭਾਅ ਨਿਕਲਿਆ, ਕਹਿੰਦੇ ਮਾਫੀ ਮੰਗ ਲੈਣੀ ਸੀ। ਸਹਿਜ ਸੁਭਾਅ ਨਿਕਲ ਗਿਆ ਮੂੰਹ 'ਚ। ਅੱਛਾ, ਉਹ ਵੀ ਬੜਾ ਮਰਦ ਨਿਕਲਿਆ, ਉਹਨੇ ਜਾ ਕੇ ਮਾਫੀ ਮੰਗੀ, ਚੰਗਾ ਭਲਾ ਘਰ ਵੱਸਦਾ। ਵੈਸੇ ਮੈਂ ਇੱਕ ਸੰਤ ਦੀ ਮਹਾਤਮਾ ਦੀ ਗੱਲ ਕਰਦਾ, ਪਰ ਕਈ ਵਾਰੀ ਹਾਲਾਤ ਹੋਰ ਵੀ ਬਣਦੇ,
ਪਰ ਇੱਕ ਬ੍ਰਹਮ ਗਿਆਨੀ ਦਾ ਬਚਨ ਮੰਨਣਾ ਕੋਈ ਨਿੱਕੀ ਜਿਹੀ ਚੀਜ਼ ਆ? ਜਾਂ ਤੇ ਮਹਾਰਾਜ ਨੂੰ ਮੱਥਾ ਹੀ ਨਾ ਟੇਕੇ, ਤੇ ਜਾਂ ਫਿਰ ਜੇ ਮੱਥਾ ਟੇਕਣਾ ਤੇ ਮੱਥਾ ਟੇਕਣ ਦਾ ਮਤਲਬ ਤੇ ਇਹ ਹੈ ਵੀ ਮਨ ਫਿਰ ਸਾਰਾ ਕੁਝ, ਸਿਰ ਝੁਕਾਉਣ ਦਾ ਮਤਲਬ ਤੇ ਇਹੀ ਹੈ ਮੰਨ ਲਓ ਫਿਰ। ਪੰਚਤੰਤਰ ਅੰਦਰ ਨਾ ਇੱਕ ਨਿੱਕੀ ਜਿਹੀ ਘਟਨਾ ਆਉਂਦੀ ਹੈ, ਗੁਰੂ ਨੇ ਆਖਿਆ ਕਿ ਮੇਰੀ ਪਿੱਠ ਤੇ ਲੱਤ ਮਾਰ। ਦੇਖੋ ਕਿੱਦਾਂ ਦੀਆਂ ਸਾਖੀਆਂ ਮਹਾਤਮਾ ਦੇ ਗ੍ਰੰਥਾਂ 'ਚ। ਤੇ ਅਸੀਂ ਕਹਿੰਦੇ ਹਾਂ ਵੀ ਜਿਹੜੇ ਸੰਤ ਸਾਧੂ ਨੇ ਉਹਨਾਂ ਨੇ ਸਿੱਖ ਕੌਮ ਖਤਮ ਕਰਤੀ ਹੈ। ਹੋਣਗੇ ਮਾੜੇ ਵੀ ਹੋਣਗੇ, ਪਰ ਜਿਹੜੇ ਇੰਨਾ ਪ੍ਰਚਾਰ ਕਰਦੇ, ਅੰਮ੍ਰਿਤ ਛਕਾਉਂਦੇ, ਗੁਰੂ ਨਾਲ ਜੋੜਦੇ ਨੇ, ਆ ਜਿੰਨੀ ਕੁ ਤੁਹਾਨੂੰ ਸਿੱਖੀ ਦਿਖਦੀ ਪਈ ਇਹ ਮਹਾਤਮਾ ਸੰਤਾਂ ਸਾਧੂਆਂ ਦੀ ਦੇਣ। ਬੋਲੇ ਸੋ ਨਿਹਾਲ। ਗੁਰੂ ਕੀ ਕਹਿੰਦਾ? ਮੇਰੀ ਪਿੱਠ ਤੇ ਲੱਤ ਮਾਰ। ਕਹਿੰਦਾ ਨਹੀਂ ਮਹਾਰਾਜ। ਕਹਿੰਦੇ ਅੱਛਾ, ਕਹਿੰਦਾ ਕਿੱਦਾਂ ਮਾਰ ਸਕਦਾ ਵਾ? ਦੂਜਾ ਬਚਨ ਕੀਤਾ ਤੈਨੂੰ ਜਦੋਂ ਮੈਂ ਕਹਿੰਦਾ ਮੈਂ ਫੇਰ ਮਾਰਨਾ? ਉਹ ਕਹਿੰਦਾ ਨਾ, ਮੇਰੇ ਤੋਂ ਇਹ ਪਾਪ ਨਾ ਪਰਮੇਸ਼ਰ ਕਰਾਵੇ, ਤੇ ਤੁਸੀਂ ਆਪਦਾ ਚੇਲਾ ਨਵਾਂ ਲੱਭੋ। ਉਹ ਕਹਿੰਦੇ ਮੈਂ ਪੂਰੇ ਹੋਸ਼ ਹਵਾਸ ਦੇ ਵਿੱਚ ਤੈਨੂੰ ਕਹਿੰਦਾ ਵਾ। ਇਹ ਉਥਾਨਕਾ 'ਚ ਲਿਖਿਆ ਉੱਥੇ ਗ੍ਰੰਥ ਦੇ ਵਿੱਚ। ਤੇ ਜੇ ਦਾਸ ਭੁਲੇਖਾ ਨਾ ਖਾਵੇ, ਤੇ ਜਾਂ ਫਿਰ ਦ੍ਰਿਸ਼ਟਾਂਤ ਪ੍ਰਮਾਣ ਜਿਹੜਾ ਨਾ ਭਾਸ਼ਾ ਦਾ, ਉਹਦੇ ਵਿੱਚ ਇਹ ਗਾਥਾ ਲਿਖੀ ਹੈ। ਤੀਸਰੀ ਵਾਰੀ ਕਹਿੰਦੇ ਯਾਰ ਜਦੋਂ ਮੈਂ ਕਹਿੰਦਾ ਵਾਂ, ਕੋਈ ਗੁੱਸਾ ਨਾ ਕਰੇ ਯਾਰ, ਸ਼ਬਦ ਨਿਕਲਿਆ, ਕਈਆਂ ਦੇ ਕੰਨ ਖੜੇ ਹੋ ਜਾਂਦੇ। ਜਿੱਥੇ ਯਈਏ ਨਾਲ ਆਉਂਦਾ ਨਾ ਯਾਰ, ਉੱਥੇ ਆਉਂਦਾ ਰੱਬ ਵਾਸਤੇ, ਸੁਣ ਯਾਰ ਹਮਾਰੇ ਸੱਜਣ। ਅੱਛਾ, ਜਿੱਥੇ ਜੱਜੇ ਨਾਲ ਆਉਂਦਾ ਜੱਜੇ ਨਾਲ, ਉੱਥੇ ਆਉਂਦਾ ਉਹਨਾਂ ਯਾਰਾਂ ਵਾਸਤੇ ਜਿਹਨੂੰ ਬਾਣੀ ਕੀ ਕਹਿੰਦੀ ਹੈ ਭਲਾ, ਚੋਰਾਂ ਯਾਰਾਂ ਤੈ ਕੂੜਿਆਰਾਂ, ਖਾਰਾਬਾਂ ਵਿਕਾਰ, ਇੱਕ ਹੁੰਦਾ ਖਾਏ ਚਲੇ ਥਾਉ ਤਿਨਾ ਪਿਕਾਈ। ਉਹ ਕਹਿੰਦਾ ਮਾਰ ਤੇ ਸਹੀ। ਦੇਖੋ ਸਾਧੂ ਕਿੱਦਾਂ ਮਤ ਦੇ ਦਿੰਦਾ, ਮਹਾਤਮਾ ਕਿੱਦਾਂ ਸਿੱਖਿਆ ਦਿੰਦਾ। ਉਹ ਨਾਲਦਿਆਂ ਨੂੰ ਕਹਿਣ ਲੱਗਾ, ਵੇਖਿਆ ਮੇਰੀ ਪਰਖ ਕਰਦੇ ਸੀ, ਪਰਖ ਕਰਦੇ ਸੀ, ਆਪਾਂ ਵੀ ਪਾਸ ਹੋਏ ਕਿ ਨਾ, ਵੀ ਮੇਰਾ ਦਿਮਾਗ ਖਰਾਬ ਹੋਇਆ ਵੀ ਗੁਰੂ ਨੂੰ ਲੱਤ ਮਾਰਾਂ। ਉਹ ਗੁਰੂ ਹੱਸ ਕੇ ਕਹਿਣ ਲੱਗਾ, ਮੈਂ ਤੈਨੂੰ ਇੱਕ ਸਿੱਖਿਆ ਦਵਾਂ, ਬੋਲ ਕਿੱਥੋਂ ਨਿਕਲਦੇ ਆ? ਕਹਿੰਦਾ ਜ਼ੁਬਾਨ ਤੋਂ। ਤੇ ਕਹਿੰਦਾ ਜਦੋਂ ਤੂੰ ਮੰਨਦਾ ਨਹੀਂ ਤੇ ਕਿੱਥੇ ਲੱਤ ਮਾਰੀ ਮੇਰੇ, ਦੱਸ। ਮੂੰਹ ਤੇ ਲੱਤ ਮਾਰੀ ਆ, ਤਿੰਨ ਵਾਰੀ ਮਾਰੀ ਆ, ਮੈਨੂੰ ਪਤਾ ਤੂੰ ਪਿੱਠ ਤੇ ਨਹੀਂ ਮਾਰਨੀ, ਪਰ ਸ਼ਬਦ ਕਿੱਥੋਂ ਨਿਕਲਿਆ? ਤੇ ਜਦੋਂ ਤੁਸੀਂ ਆਪਣੇ ਮਾਂ ਪਿਓ ਦਾ ਜਾਂ ਗੁਰਸਿੱਖ, ਆਪਾਂ ਸਾਰੇ ਮਾਫ ਕਰਿਓ, ਇਹ ਤੋਂ ਅੱਗੇ ਫਿਰ ਨਰਕਾਂ ਦੇ ਭਾਗੀ ਹੋਵਾਂਗੇ, ਗੁਰੂ ਦਾ ਬਚਨ ਨਹੀਂ ਮੰਨਦਾ, ਕਿੱਡੀ ਕੁ ਤੂੰ ਸੇਵਾ ਕਰਦਾ ਪਿਆ, ਤੂੰ ਲੱਤ ਕਿੱਥੇ ਮਾਰਦਾ ਪਿਆ ਜਾ ਕੇ? ਮੰਨ ਲਓ ਤੁਸੀਂ ਕੇਸਾਂ ਨੂੰ ਕੈਂਚੀ ਲਾਉਂਦੇ ਹੋ, ਦਾੜਾ ਕੱਟਦੇ ਹੋ, ਤਾਂ ਤੁਹਾਨੂੰ ਏਦਾਂ ਨਹੀਂ ਜਾਪਦਾ ਵੀ ਬਾਬਾ ਜ਼ੋਰਾਵਰ ਸਿੰਘ ਦੀ ਸ਼ਾਹ ਰਾਗ ਨੂੰ ਤੂੰ ਵੱਢਦਾ ਪਿਆ?
ਧੰਨ ਬਾਬਾ ਫਤਿਹ ਸਿੰਘ ਦਾ ਕਤਲ ਕਰਦਾ ਪਿਆ। ਤੇ ਉੱਥੇ ਫਿਰ ਆਪਾਂ ਵਾਪਸ ਆਈਏ, ਪਖੰਡ ਨਹੀਂ ਖਾਲਸਾ ਮੈਨੇ ਜਿਹਦੇ ਚ ਪਖੰਡ ਨਹੀਂ ਦਿਖਾਵਾ ਦੇ। ਉਹਦਾ ਬੜਾ ਕੰਮ ਚੱਲਿਆ। ਉੱਥੇ ਫਿਰ ਇੱਕ ਪੀਰ ਸੀ ਜਿਨ੍ਹਾਂ ਨੇ ਪੈਰਾਂ ਦੇ ਪੰਜਿਆਂ ਦੇ ਭਾਰ ਤੁਰਨਾ ਤੇ ਅੱਡੀ ਨਾ ਲਾਉਣੀ ਥੱਲੇ ਵੀ ਕੀੜਾ ਨਾ ਮਰ ਜੇ। ਤੇ ਜਿਹੜਾ ਉਹ ਸ਼ਹਿਰ ਦਾ ਦਰੋਗਾ ਸੀ ਨਾ ਠਾਣੇਦਾਰ, ਉਹਦੇ ਘਰ ਚੋਰੀ ਹੋ ਗਈ। ਉਹ ਜਿਹੜਾ ਇਮਾਨਦਾਰ ਬੰਦਾ ਉਹ ਸ਼ਹਿਰ ਚ ਗਿਆ, ਇੰਨਾ ਕਾਰੋਬਾਰ ਵੱਧ ਗਿਆ, ਰਾਜੇ ਨਾਲ ਉਹਦੀ ਮਿੱਤਰਤਾ ਹੋਈ। ਰਾਜੇ ਤੱਕ ਕੇਸ ਚਲੇ ਗਿਆ। ਉਹ ਕਹਿੰਦਾ ਠਾਣੇਦਾਰਾ, ਜੇ ਤੇਰੇ ਘਰ ਹੀ ਚੋਰੀ ਹੋ ਗਈ ਤੇ ਸ਼ਹਿਰ ਬਚਾ ਲਿਆ ਤੂੰ, ਸ਼ਾਬਾਸ਼ੇ। ਉਹ ਕਹਿੰਦਾ ਜੀ ਲੱਭਦਾ ਹੀ ਨਹੀਂ ਪਿਆ। ਉਹ ਕਹਿੰਦੇ ਉਹ ਇੱਕ ਬੜਾ ਵਪਾਰੀ ਆ, ਵੱਡਾ ਬੜਾ ਇਮਾਨਦਾਰ ਬੰਦਾ, ਦਾਨਾ ਬੰਦਾ, ਉਹਦੀ ਰਾਇ ਲੈ ਲਓ। ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਤੇਰੇ ਘਰ ਆਉਂਦੇ ਜਾਂਦੇ ਕੌਣ ਨੇ, ਸਭ ਤੋਂ ਵੱਧ ਕੌਣ ਆਉਂਦਾ ਜਾਂਦਾ ਹੈ, ਮੈਨੂੰ ਦੇਖਣ ਦੇ ਕੁਝ ਦਿਨ। ਜਦੋਂ ਉਹਨੇ ਦੇਖਿਆ ਵੀ ਇਹ ਜਿਹੜਾ ਦਰੋਗਾ ਨਾ ਇਹ ਫਲਾਨੇ ਪੀਰ ਨੂੰ ਮੰਨਦਾ ਤੇ ਉਹ ਘਰੇ ਆਉਂਦਾ ਤੇ ਬੜੀ ਸੇਵਾ ਕਰਦਾ, ਦੇਖਿਓ ਤੁਸੀਂ ਹੁਣ। ਉਹ ਕਹਿੰਦਾ ਗੁੱਸਾ ਤਾਂ ਨਹੀਂ ਕਰਦਾ ਦਰੋਗੇ ਨੂੰ? ਕਹਿੰਦਾ ਕਹਿੰਦਾ ਮੈਨੂੰ ਜਾਪਦਾ ਹੈ ਵੀ ਆ ਪੀਰ ਨੇ ਚੋਰੀ ਕੀਤੀ। ਉਹ ਕਹਿੰਦਾ ਜਾਣ ਦਿਓ ਗੁੱਸੇ ਨੂੰ, ਮਹਾਂਪੁਰਸ਼ ਹੈ, ਤਪੱਸਵੀ ਹੈ, ਇਹ ਤੇ ਕੀੜੀ ਤੇ ਪੈਰ ਨਹੀਂ ਰੱਖਦਾ। ਉਹ ਕਹਿੰਦਾ ਫਿਰ ਮੈਂ ਤੈਨੂੰ ਦੱਸਾਂ, ਇੰਨੀ ਹੀ ਕੀਤੀ ਆ ਪੱਕਾ। ਉਹ ਕਹਿੰਦਾ ਇਹ ਕਿਵੇਂ, ਤੁਹਾਨੂੰ ਸਜ਼ਾ ਵੀ ਮਿਲ ਸਕਦੀ, ਤੁਸੀਂ ਏਡੇ ਵੱਡੇ ਬੰਦੇ ਦਾ ਨਾਂ ਲਾਉਂਦੇ ਪਏ ਹੋ। ਉਹ ਕਹਿੰਦਾ ਚੱਲ ਤੂੰ ਸਜ਼ਾ ਵੀ ਦੇ ਲਈ, ਚੈੱਕ ਤੇ ਕਰ ਲੈ ਇੱਕ ਵਾਰੀ। ਉਹਨੇ ਡਰਦੇ ਡਰਦੇ ਨੇ ਤਲਾਸ਼ੀ ਕੀਤੀ ਤੇ ਸਾਰਾ ਕੁਝ ਪੀਰ ਦੇ ਘਰੋਂ ਨਿਕਲ ਆਇਆ ਸੀ। ਉਹ ਬੜੇ ਸਿਆਣੇ ਬੰਦੇ ਇਕੱਠੇ ਹੋਏ, ਕਹਿੰਦੇ ਤੇਰੇ 'ਚ ਕੋਈ ਸ਼ਕਤੀ ਆ, ਤੈਨੂੰ ਕਿੱਦਾਂ ਪਤਾ ਲੱਗਾ? ਉਹ ਕਹਿੰਦਾ ਮੈਨੂੰ ਕਬੂਤਰਾਂ ਨੇ ਦੱਸਿਆ ਵਾ, ਮੈਨੂੰ ਕਾਵਾਂ ਨੇ ਦੱਸਿਆ ਵਾ, ਮੈਨੂੰ ਚਿੜੀਆਂ ਨੇ ਦੱਸਿਆ ਵਾ। ਕਹਿੰਦੇ ਕੀ? ਉਹਨੇ ਸਾਰੀ ਗੱਲ ਸੁਣਾਤੀ। ਜਦੋਂ ਲੋੜ ਤੋਂ ਵੱਧ ਤੁਸੀਂ ਪਖੰਡ ਕਰ ਕਰਕੇ ਵਿਖਾਉਂਦੇ ਹੋ ਤਾਂ ਦਿਲ 'ਚ ਕੋਈ ਚੋਰ ਤੇ ਬੈਠਾ ਹੀ ਆ ਫਿਰ, ਨਹੀਂ ਤੇ ਜ਼ਰੂਰਤ ਨਹੀਂ ਆ ਇੰਨਾ ਪਖੰਡ ਕਰਨ ਦੀ, ਵਿਖਾਵਾ ਕਰਨ ਦੀ। ਚਲੋ ਇੱਕ ਤਾਂ ਹੋ ਗਈ ਨਾ ਮਰਿਆਦਾ, ਉਹ ਤਾਂ ਅਸੀਂ ਕਰਨੀ ਕਰਨੀ। ਗ੍ਰੰਥੀ ਸਿੰਘ ਨੇ ਆਪਣਾ ਨਿਯਮ ਨਿਭਾਉਣਾ, ਪੰਜਾਂ ਪਿਆਰਿਆਂ ਸੇਵਾ ਕਰਨੀ, ਲਾਂਗਰੀ ਨੇ ਸੇਵਾ ਕਰਨੀ, ਗੁਰੂ ਘਰ ਦੇ ਸੇਵਾਦਾਰਾਂ ਸੇਵਾ ਕਰਨੀ, ਤੇ ਇਹ ਤੇ ਹੋ ਗਿਆ ਸਾਡਾ ਧਰਮ ਫਰਜ਼। ਤੇ ਜਿਹੜਾ ਆਪਣੇ ਕੋਲੋਂ ਸੰਗਤ ਨੂੰ ਕੁਝ ਨਾ ਕੁਝ ਐਵੇਂ ਹੀ, ਜਿਹੜਾ ਗੁਰੂ ਸਾਹਿਬ ਨੇ ਵੀ ਨਹੀਂ ਆਖਿਆ, ਜਿਹਦਾ ਮਰਿਆਦਾ ਨਾਲ ਵੀ ਕੋਈ ਲੈਣਾ ਦੇਣਾ ਨਹੀਂ। ਤੇ ਫਿਰ ਉੱਥੇ ਫਿਰ ਬਾਬਾ ਫਰੀਦ ਸਾਹਿਬ ਨੇ, ਧੰਨ ਬਾਬਾ ਕਬੀਰ ਸਾਹਿਬ ਕੀ ਕਹਿੰਦੇ, ਗੱਜ ਸਾਢੇ ਤਹਿਤ ਧੋਤੀਆਂ ਤੇਰੇ ਪਾਇਨ ਤੱਗ, ਓਏ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠਾ। ਤਾਂ ਇਸ ਕਰਕੇ ਖਾਲਸਾ ਕਿਹੜਾ ਵਾ? ਨੰਬਰ ਇੱਕ, ਜਿਹਦੇ ਅੰਦਰ ਕੋਈ ਮਿਲਾਵਟ ਨਹੀਂ, ਕੋਈ ਵਿਖਾਵਾ ਨਹੀਂ, ਕੋਈ ਪਖੰਡ ਨਹੀਂ, ਕੋਈ ਭੇਖ ਨਹੀਂ, ਕੋਈ ਭਰਮ ਨਹੀਂ। ਅੱਛਾ ਖਾਲਸਾ ਕਿਹੜਾ? ਜਿਹੜਾ ਮਾਇਆ ਨਾਲ ਖਰੀਦਿਆ ਨਹੀਂ ਜਾਂਦਾ। ਨੰਬਰ ਦੋ, ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ
ਸੰਤੀ ਛਲੀ। ਖਾਲਸਾ ਕਿਹੜਾ? ਜਿਹੜਾ ਵਕਾਰਾਂ ਤੋਂ ਰਹਿਤ ਹੈ। ਬੜੀ ਵੱਡੀ ਗੱਲ ਹੈ, ਨਹੀਂ ਤੇ ਬਾਬਾ ਕਬੀਰ ਸਾਹਿਬ ਕੀ ਕਹਿੰਦੇ ਨੇ, ਕਾਗ ਉਡਾਵਤ ਭੁਜਾ ਪੁਰਾਨੀ, ਬਨੇਰੇ ਤੇ ਕਾਂ ਬਹਿ ਜਾਂਦਾ ਸੀ ਤੇ ਕਾਂ ਨੂੰ ਉਡਾਉਣਾ ਵੀ ਕੌਣ ਕੋਈ ਪ੍ਰਾਹੁਣਾ ਆਵੇ ਵੀ ਤੂੰ ਛੇਤੀ ਉੱਡ, ਪ੍ਰਾਹੁਣੇ ਨੇ ਸਾਡੇ ਘਰ ਆਉਣਾ ਹੈ। ਕਾਂ ਮੈਨੇ ਪਾਪ, ਭੁਜਾ ਮੈਨੇ ਮੇਰੀ ਮੱਤ। ਜੇ ਕਬੀਰ ਸਾਹਿਬ ਵਰਗਾ ਬ੍ਰਹਮ ਗਿਆਨੀ ਇਹ ਗੱਲ ਕਹਿਣ ਡਿਆ ਤੇ ਕਿੱਡੀ ਵੱਡੀ ਗੱਲ। ਮੇਰੀ ਮੱਤ, ਮੈਨੇ ਬਾਂਹ ਚ ਪੀੜ ਹੁੰਦੀ, ਮੇਰੀ ਮੱਤ ਥੱਕ ਗਈ ਆ। ਪਾਪ ਰੂਪੀ ਕਾਂ ਨਹੀਂ ਉੱਡਦਾ ਪਿਆ, ਉੱਡੇ ਤੇ ਪਰਮੇਸ਼ਰ ਆਵੇ। ਹੁਣ ਇਹ ਕਬੀਰ ਸਾਹਿਬ ਵਾਸਤੇ ਤੇ ਹੈ ਨਹੀਂ, ਇਹ ਤੇ ਸਾਡੇ ਵਾਸਤੇ ਆ। ਇਹ ਕਬੀਰ ਸਾਹਿਬ ਵਾਸਤੇ ਨਹੀਂ ਆ, ਭੁਲੇਖਾ ਨਾ ਰੱਖਿਓ। ਜਿਹੜੇ ਮਹਾਂਪੁਰਸ਼ ਹੁੰਦੇ ਉਹ ਆਪਣੇ ਆਪ ਨੂੰ ਸੰਬੋਧਨ ਹੁੰਦੇ, ਉਹ ਕਿਸੇ ਨੂੰ ਨਹੀਂ ਕੁਝ ਕਹਿੰਦੇ, ਉਹ ਆਪਣੇ ਆਪ ਨੂੰ ਸਮਝਾਉਂਦੇ ਆ। ਉੱਤਮ ਭਗਤ ਕਬੀਰ ਸਾਹਿਬ ਤੇ ਉਹ ਮਹਾਤਮਾ ਨੇ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣ। ਕਾਗ ਉਡਾਵਤ ਭੁਜਾ ਪੁਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ, ਇਹ ਸਿਰੇ ਦੀ ਕਥਾ। ਹੁਣ ਉਧਰੋਂ ਬੜੇ ਪਾ ਗਿਆ ਤੇ ਅਜੇ ਵੀ ਪਾਪ ਰੂਪੀ ਕਾਂ ਬਨੇਰੇ ਤੇ ਮੇਰੇ ਹਿਰਦੇ ਚ, ਮੇਰੇ ਅੰਤਾਕਰਨ ਚ ਬੈਠਾ ਹੋਇਆ ਹੈ, ਕਿਸੇ ਬੰਦੇ ਨਹੀਂ ਲੱਗਦਾ ਪਿਆ। ਇਸੇ ਕਰਕੇ ਗੁਰਬਾਣੀ ਕੀ ਕਹਿੰਦੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਜਿੰਨਾ ਗਿਆਨ ਧਿਆਨ ਆ ਦਿਮਾਗ ਦੇ ਇੱਕ ਹਿੱਸੇ ਚ ਆ, ਇੱਕ ਹਿੱਸੇ ਚ, ਤੇ ਜਿਹੜੇ ਕਾਮ ਕ੍ਰੋਧ ਨੇ ਉਹ ਕਿੱਥੇ ਬੈਠੇ ਨੇ, ਦੂਜੇ ਹਿੱਸੇ ਜਿਹਨੂੰ ਕਹਿੰਦੇ ਅਨਕੌਂਸ਼ੀਅਸ ਮਾਇੰਡ, ਅਵਚੇਤਨ ਮਨ। ਇਸ ਕਰਕੇ ਜਿੰਨਾ ਮਰਜ਼ੀ ਪੜ ਲਾ, ਜਿੰਨਾ ਮਰਜ਼ੀ ਜਾਣਕਾਰੀ ਗਿਆਨ ਇਕੱਠਾ ਕਰ ਲਾ, ਬਿਨਾਂ ਕਲਗੀ ਧਰ ਦੀ ਮੋਹਰ ਲੱਗਿਆਂ ਵਿਕਾਰਾਂ ਨੇ ਤੇਰਾ ਖਹਿੜਾ ਨਹੀਂ ਛੱਡਣਾ ਹੈ। ਬਿਨਾਂ ਗੁਰੂ ਨਾਨਕ ਦੇਵ ਸਾਹਿਬ ਦੇ ਚਰਨ ਫੜਿਆਂ, ਗੁਰੂ ਦਾ ਦਰ ਜਿੰਨੇ ਛੱਡ ਦਿੱਤਾ ਉਹਦਾ ਖਹਿੜਾ ਨਹੀਂ ਛੁੱਟਣਾ, ਜਿੰਨਾ ਮਰਜ਼ੀ ਗਿਆਨ ਧਿਆਨ ਇਕੱਠਾ ਕਰੇ। ਨਾਲੇ ਜਿੰਨਾ ਗਿਆਨ ਧਿਆਨ ਆ ਉਹ ਤੇ ਚੇਤਨ ਮਨ ਦੇ ਅੰਦਰ ਆ, ਜਿੰਨਾ ਚਿਰ ਜਾਗਦੇ ਹਾਂ ਚੇਤੇ ਰਹਿੰਦਾ ਹੈ, ਸੌਂ ਜਾਂਦੇ ਹਾਂ ਕੋਈ ਗਿਆਨ ਨਹੀਂ ਲੱਭਦਾ, ਕੋਈ ਧਿਆਨ ਨਹੀਂ ਲੱਭਦਾ। ਤੇ ਜਿੱਦਣ ਗੁਰੂ ਦੀ ਕਿਰਪਾ ਹੁੰਦੀ ਨਾ, ਉਦਣ ਸੁੱਤੇ ਪਏ ਵੀ ਇਸ ਸਰੀਰ ਵਿੱਚੋਂ ਆਵਾਜ਼ ਆਉਂਦੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਸੱਜਣਾ, ਗੁਰੂ ਦੀ ਮੋਹਰ ਤੋਂ ਬਿਨਾਂ ਗੱਲ ਚੱਲਣੀ ਨਹੀਂ ਤੇਰੀ। ਉਹ ਤਾਂ ਸੁੱਤੇ ਪਏ ਵੀ ਕਬੀਰ ਸਾਹਿਬ ਕਹਿੰਦੇ ਸਰੀਰ ਵਿੱਚੋਂ ਨਾਮ ਦੀ ਗੱਲ ਚੱਲਦੀ ਹੈ। ਖਾਲਸਾ ਕਿਹੜਾ? ਜਿਹੜਾ ਵਿਕਾਰ ਰਹਿਤ ਹੈ। ਤੇ ਖਾਲਸਾ ਕਿਹੜਾ ਹੈ? ਜਿੰਨੇ ਧਰਮ ਗ੍ਰਹਿਣ ਕਰਨ ਤੋਂ ਪਹਿਲਾਂ ਆਪਣਾ ਸੀਸ ਭੇਟ ਕੀਤਾ, ਸੀਸ ਭੇਟ ਕੀਤਾ ਹੈ,
ਮੈਨੇ ਕੋਈ ਗੱਲਬਾਤ ਹੁਣ ਚੱਲ ਨਹੀਂ ਸਕਦੀ। ਇਹ ਸਾਡਾ ਜਿਹੜਾ ਸਿੱਖ ਧਰਮ ਹੈ ਦੂਜੇ ਧਰਮਾਂ ਵਾਂਗ ਨਹੀਂ ਵੀ ਗਰੰਟੀ ਨਹੀਂ ਵੀ ਤੈਨੂੰ ਸੁੱਖ ਹੀ ਮਿਲੂਗਾ। ਹਾਂ ਜੇ ਸੁੱਖ ਵੀ ਮਿਲੂਗਾ ਪਰ ਸੁੱਖ ਦੇ ਨਾਲ ਦੁੱਖ ਵੀ ਮਿਲੂਗਾ। ਇਸੇ ਕਰਕੇ ਜਿਹਨੇ ਸਿੱਖ ਧਰਮ ਨੂੰ ਮੰਨਣਾ ਹੈ ਉਹ ਥੋੜਾ ਜਿਹਾ ਸਾਵਧਾਨ ਹੋ ਜਾਓ। ਸ਼ਿਕਾਇਤ ਨਹੀਂ ਕਰ ਸਕਦੇ ਪਹਿਲਾਂ ਸਿਰ ਦਿੱਤਾ ਹੈ। ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਤੇ ਫਿਰ ਏਡਾ ਵੱਡਾ ਦੁੱਖ। ਹੁਣ ਇੱਕ ਸ਼ਬਦ ਹੈ ਸ਼ੁਕਰਾਨੇ ਦਾ ਤੇ ਇੱਕ ਸ਼ਬਦ ਹੈ ਸ਼ਿਕਵੇ ਦਾ, ਦੋਵੇਂ ਇਕੱਠੇ ਸੁਖਮਣੀ ਸਾਹਿਬ ਚ ਲਿਖੇ ਨੇ। ਸ਼ਿਕਵਾ ਦੇਖਿਓ, ਜਿਹੜੇ ਸ਼ਿਕਵੇ ਕਰਨ ਤੇ ਆ ਗਏ ਨਾ ਸ਼ਿਕਾਇਤਾਂ ਕਰਨ ਤੇ, ਉਹ ਜੋ ਮਰਜ਼ੀ ਮਹਾਰਾਜ ਨੇ ਦਿੱਤਾ ਹੋਵੇ ਉਹ ਨਾ ਰੱਜਣਗੇ ਕਦੀ। ਆਮ ਹੀ ਤੁਸੀਂ ਦੇਖੋ ਜਿਹੜਾ ਬੰਦਾ ਐਵੇਂ ਗਲਤੀ ਕੱਢੀ ਜਾਵੇ ਤੁਸੀਂ ਉਹਦਾ 100 ਕੰਮ ਕਰ ਦਿਓ, ਇੱਕ ਨਹੀਂ ਕੀਤਾ ਉਹ ਗੁੱਸੇ ਹੋ ਕੇ ਉਹਨੇ ਪਾਸੇ ਜਾ ਕੇ ਬਹਿ ਜਾਣਾ ਤੇ ਤੁਹਾਡੇ ਉਲਟੀ ਬੋਲੂਗਾ ਬਾਅਦ ਚ। ਸ਼ਿਕਵੇ ਦਾ ਸ਼ਬਦ ਕੀ ਆ, 10 ਬਸਤੂਲੇ ਪਾਛੇ ਪਾਵੇ, ਏਕ ਬਸਤ ਕਾਰਨ ਵਿਖੋਟ ਗਵਾਵੇ, ਏਕ ਪੀ ਨਾ ਦੇ 10 ਪੀ ਫਿਰ ਲੇ ਤੋ ਮੂੜਾ ਕਹੋ। ਇੰਨਾ ਕੁਝ ਦਿੱਤਾ ਇੱਕ ਚੀਜ਼ ਨਹੀਂ ਦਿੱਤੀ ਤੇ ਗੁੱਸੇ ਹੋ ਗਿਆ ਫਿਰ ਮਹਾਰਾਜ ਨਾਲ। ਅੱਛਾ ਦੂਸਰੇ ਪਾਸੇ ਸ਼ੁਕਰਾਨੇ ਦਾ ਸ਼ਬਦ ਕੀ ਹੈ, ਜਿਸ ਕੀ ਬਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ। ਮਹਾਰਾਜ ਕਹਿੰਦੇ ਇੱਕ ਚੀਜ਼ ਲੈਣ ਲੱਗਾ ਚਾਰ ਮੋੜੂੰਗਾ, ਹਾਲਾਂਕਿ ਸਾਰਾ ਕੁਝ ਕਹਿੰਦੇ ਮੇਰਾ ਹੀ ਆ। ਸਾਰਾ ਕੁਝ ਕੀ ਹੈ, ਮੇਰਾ ਹੀ ਹੈ, ਪਰ ਫਿਰ ਵੀ ਜਿਹੜੀ ਤੂੰ ਝੂਠੀ ਹਉਮੈ ਰੱਖੀ ਬੈਠਾ ਨਾ ਉਹਦੇ ਵਿੱਚੋਂ ਇੱਕ ਚੀਜ਼। ਤੇ ਜੇ ਸ਼ੁਕਰ ਕਰਨ ਲੱਗ ਪਏ, ਅਸਲ 'ਚ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਜਿਹੜੇ ਸ਼ੁਕਰ ਕਰਦੇ ਨਾ ਬੰਦਗੀ ਵੀ ਉਹੀ ਕਰਦੇ। ਜਿਵੇਂ ਜਿਵੇਂ ਸ਼ੁਕਰ ਵੱਧਦਾ ਜਾਊਗਾ ਉਵੇਂ ਉਵੇਂ ਨਿਤਨੇਮ ਵੱਧਦਾ ਜਾਊਗਾ, ਸਿਮਰਨ ਵੱਧਦਾ ਜਾਊਗਾ। ਬੋਲੇ ਸੋ ਨਿਹਾਲ। ਤੇ ਜਦੋਂ ਸ਼ੁਕਰ ਕੀਤਾ ਫਿਰ ਇੱਕ ਹਿੱਸਾ ਲਿਆ ਸੀ, ਚਾਰ ਹਿੱਸੇ ਮੋੜੇ, ਇੰਨੀ ਬਰਕਤ ਦਿੱਤੀ। ਯਹੂਦੀਆਂ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਇੱਕ ਰੁਬਾਈ, ਦਸਵੇਂ ਪਾਤਸ਼ਾਹ ਦੀ ਗੱਲ ਕਰਦਾ ਪਿਆ, ਚਾਰ ਸਾਹਿਬਜ਼ਾਦੇ ਸੀ। ਜੇ ਸਿੱਧਾ ਪੰਜਾਬੀ ਚ ਕਹੀਏ ਤੇ ਦੀਵਾ ਬੁੱਝ ਗਿਆ, ਪੁੱਤੀ ਗੰਢ ਪਵੇ ਸੰਸਾਰ। ਪਰ ਕਿੰਨਾ ਕੁ ਪ੍ਰੇਮ ਆਪਣੇ ਸਿੱਖਾਂ ਨਾਲ ਕੀਤਾ, ਲੋਕ ਆਪਣੇ ਬੱਚੇ ਬਚਾ ਕੇ ਕੱਢਦੇ ਨੇ ਤੇ ਚੇਲੇ ਮਰਵਾ ਦਿੰਦੇ ਨੇ। ਇਹ ਪਹਿਲਾ ਰਹਿਬਰ ਸੀ ਜਿਹਨੇ ਚਮਕੌਰ ਦੀ ਗੜੀ 'ਚ ਬੱਚੇ ਕਤਲ ਕਰਵਾ ਲਏ ਤੇ ਚੇਲਿਆਂ ਨੂੰ ਨਾਲ ਲੈ ਕੇ ਨਿਕਲ ਗਿਆ, ਸਿੱਖਾਂ ਨੂੰ ਨਾਲ ਲੈ ਕੇ ਨਿਕਲੇ। ਬੋਲੇ ਸੋ ਨਿਹਾਲ। ਇਹ ਵੀ ਜ਼ਰੂਰੀ ਨੇ
ਇਹ ਵੀ ਸਤਿਕਾਰਯੋਗ ਗੁਰਮੁਖ ਪਿਆਰੇ ਨੇ ਧਿਆਨ ਨਹੀਂ ਟੁੱਟਣ ਦਿੰਦੇ, ਰਸ ਬਣਿਆ ਰਹਿੰਦਾ ਹੈ। ਜਾਗਦੇ ਰੱਖਣ ਦੇ ਵਾਸਤੇ ਗੁਰਮੁਖ ਉਪਰਾਲਾ ਕਰਦੇ ਨੇ, ਤੇ ਜੇ ਆਪਣੇ ਗੁਰੂ ਦੀ ਉਸਤ ਚ ਜਕਾਰੇ ਨਹੀਂ ਛੱਡਣੇ ਤੇ ਫਿਰ ਔਰੰਗਜ਼ੇਬ ਦੀ ਉਸਤ ਛੱਡਣੇ। ਕਈ ਕਹਿੰਦੇ ਨਾ ਐਵੇਂ ਜਕਾਰੇ ਛੱਡਦੇ ਰਹਿੰਦੇ ਤੇ ਫਿਰ ਕਿਹਦੇ, ਔਰੰਗਜ਼ੇਬ ਦੇ ਲਾਇਆ ਕਰੀਏ? ਦਸਵੇਂ ਪਾਤਸ਼ਾਹ ਦੇ ਲੋੜੇ ਨੇ। ਹੁਣ ਜਿਵੇਂ ਆਪਾਂ ਕਹਿ ਦਿੰਦੇ ਨਾ ਗ੍ਰੰਥੀ, ਇਹ ਜਿਹੜੇ ਯਹੂਦੀ ਨੇ ਨਾ, ਇਹਨਾਂ ਚ ਸ਼ਬਦ ਆ ਰਬਾਈ। ਦੋ ਬੱਚੇ, ਬੜੀ ਪ੍ਰਸਿੱਧ ਗਾਥਾ ਵਾ, ਇਹਦਾ ਸਿਰਲੇਖ ਹੈ, ਤੁਸੀਂ ਪੜ੍ਹ ਸਕਦੇ। ਦੋ ਨਗੀਨੇ, ਦੋ ਬੱਚੇ ਸੀ ਉਹਦੇ, ਤੇ ਦੁਨੀਆਂ ਨੂੰ ਨਾ ਰੱਬ ਦਾ ਪ੍ਰਚਾਰ ਕਰ ਕਰਕੇ ਦੱਸਦਾ ਸੀ, ਰੱਬ ਦੀ ਸ਼ਰਨ ਚ ਆ ਜਾਓ, ਰੱਬ ਨੂੰ ਮੰਨੋ। ਤੇ ਉਹ ਮਾਲਕ ਦੀ ਮੌਜ ਦਾ ਨਹੀਂ ਪਤਾ ਕਿ ਉਹਨੇ ਪ੍ਰਚਾਰ ਕਰਨ ਵਾਲੇ ਨੂੰ ਹੀ ਐਗਜ਼ੈਂਪਲ ਬਣਾ ਦੇਣਾ ਵਾ। ਹਾਲਾਂਕਿ ਤਾਕਤ ਤੇ ਉਹਦੀ ਏਡੀ ਹੈ ਵੀ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ, ਪਰ ਕਈ ਵਾਰੀ ਜਿਹੜੇ ਉਹਦੇ ਜ਼ਿਆਦਾ ਕਲੋਜ਼ ਹੋ ਜਾਂਦੇ ਨਾ, ਉਹਨਾਂ ਨੂੰ ਐਗਜ਼ੈਂਪਲ ਬਣਾ ਕੇ ਦੁਨੀਆਂ 'ਚ ਪੇਸ਼ ਕਰਦਾ, ਜਾਣ ਕੇ ਦੁੱਖ ਦਿੰਦਾ, ਤੇ ਫਿਰ ਦੁਨੀਆਂ ਨੂੰ ਇੱਕ ਹੌਂਸਲਾ ਦਿੰਦਾ ਵੀ ਇੰਨੀ ਬਾਣੀ ਪੜ੍ਹਨ ਵਾਲਾ, ਪਰ ਦੁੱਖ ਇੰਨਾ ਆਇਆ। ਇੰਨੀ ਸੇਵਾ ਕਰਾਉਣ ਵਾਲਾ ਪਰ ਘਰ 'ਚ ਸੋਖੀ ਕੋਈ ਨਹੀਂ। ਫਿਰ ਮੈਂ ਬੇਨਤੀ ਕਰਾਂ, ਜੇ ਗੱਲ ਤੁਹਾਡੀ ਕਿਰਪਾ ਨਾਲ ਹੀ ਕਰਨੀ ਹੈ, ਕਈ ਵਾਰੀ ਕਿਸੇ ਧਰਮੀ ਬੰਦੇ ਨੂੰ ਐਗਜ਼ੈਂਪਲ ਬਣਾਉਂਦਾ, ਵੈਸੇ ਤੇ ਆਪ ਹੀ ਬਣਦਾ ਹੈ, ਕਿਸੇ ਦੇ ਵੱਸ ਦੀ ਗੱਲ ਨਹੀਂ। ਜਿੰਨਾ ਦੁੱਖ ਧੰਨ ਗੁਰੂ ਅਰਜਨ ਦੇਵ ਸਾਹਿਬ ਚੱਲ ਗਏ, ਕੋਈ ਨਹੀਂ ਚੱਲ ਸਕਦਾ। ਜਿੰਨਾ ਦੁੱਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੱਲ ਗਏ, ਕੋਈ ਨਹੀਂ ਚੱਲ ਸਕਦਾ। ਤੇ ਕਲਗੀ ਧਰਨੇ ਤੇ ਫਿਰ ਅੰਤ ਕਰ ਦਿੱਤਾ ਭਾਣਾ ਮੰਨਣ ਵਾਲਾ। ਕਲਗੀ ਧਰਨੇ ਆਪਣੇ ਆਪ ਨੂੰ ਐਗਜ਼ੈਂਪਲ ਬਣਾਤਾ ਵੀ ਜਿਹੜੀ ਕੌਮ ਵਿੱਚ ਮੈਂ ਤੁਹਾਨੂੰ ਸ਼ਾਮਿਲ ਕਰਨ ਲੱਗਾ ਨਾ, ਜਿਹਨੂੰ ਖਾਲਸਾ ਕਹਿੰਦੇ ਆ, ਤੁਹਾਡੇ ਉੱਤੇ ਵੀ ਇੰਨਾ ਦੁੱਖ ਆ ਸਕਦਾ ਵਾ। ਤੇ ਜੇ ਕਿਤੇ ਇੰਨਾ ਦੁੱਖ ਆਵੇ ਤੇ ਫਿਰ ਮੈਨੂੰ ਯਾਦ ਕਰਿਓ, ਫਿਰ ਵੀ ਧਰਮ ਤੋਂ ਮੁਨਕਰ ਨਾ ਹੋਇਓ, ਨਹੀਂ ਤੇ ਮੈਨੂੰ ਦੱਸੋ ਪਿਤਾ ਦੀ ਜਰ ਖਰੀਦ ਨਗਰੀ। ਆ 2000 ਦਾ ਨੋਟ ਆ, ਗਵਾਚ ਜੇ ਪਤਾ ਨਹੀਂ ਬੰਦ ਕਰਤਾ ਕਿ ਚੱਲਦਾ। 500 ਦਾ ਨੋਟ ਆ, ਗਵਾਚ ਜੇ ਨੀਂਦ ਨਹੀਂ ਆਉਂਦੀ, ਉੱਧਰ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਫਿਰ ਵੀ ਕੰਡਿਆਂ ਦੀ ਸੇਜ ਤੇ ਪੈ ਕੇ ਕੀਰਤਨ ਕਰੇ, ਇੱਕ ਸ਼ਬਦ ਪੜੇ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਇਹ ਸ਼ਬਦ ਦੀ ਕਿਤੇ ਵਿਆਖਿਆ ਪੜਿਓ, ਤੁਦ ਬਿਨ ਰੋਗ ਰਜਾਈਆਂ ਦਾ ਓਢਣ, ਤੇ ਜਿੰਦਾ ਵੱਡਾ ਸੁੱਖ ਰਜਾਈਆਂ ਦਾ ਨਾ ਸਿਆਲਾਂ 'ਚ। ਕੋਈ ਨਹੀਂ ਕਹਿੰਦਾ ਬਿਮਾਰੀ ਆ, ਕੋਈ ਪੈਰ ਕੱਢ ਕੇ ਰਾਜੀ ਨਹੀਂ, ਦਵਾ ਦਵਾ ਅੰਦਰ ਕਰਦੇ, ਹੱਥ ਕੱਢ ਕੇ ਰਾਜੀ ਨਹੀਂ। ਇਹ ਦਸਵਾਂ ਪਾਤਸ਼ਾਹੀ ਆ, ਭਗਵਾਨ ਉਹਨੂੰ ਕਿਹਾ ਜਾਂਦਾ ਜਿਹ 'ਚ 6 ਚੀਜ਼ਾਂ ਬਿਲਕੁਲ ਪੂਰਨ ਹੋਣ।
ਪੂਰਨ ਗਿਆਨ, ਪੂਰਨ ਧਿਆਨ, ਪੂਰਨ ਵਿਰਾਗ। ਤੇ ਵਿਰਾਗ ਤੇ ਆਪਣੇ ਚ ਵੀ ਸਾਰਿਆਂ ਚ ਕਦੀ ਕਦੀ ਆਉਂਦਾ, ਜਦੋਂ ਮਹਾਰਾਜ ਦੀ ਕਥਾ ਸੁਣਦੇ ਅੱਖਾਂ ਚੋਂ ਅੱਥਰੂ ਡਿੱਗਦੇ ਨੇ। ਪਰ ਪੂਰਨ ਵਿਰਾਗ ਹੋਵੇ, ਜਿਹਨੂੰ ਪੂਰਨ ਤਮ ਵਿਰਾਗ ਕਿਹਾ ਜਾਂਦਾ, ਉਹ ਕੀ, ਇਹ ਜਿਹੜੇ ਬਿਸਤਰੇ ਨੇ ਇਹ ਬਿਮਾਰੀਆਂ ਦਾ ਘਰ ਨੇ, ਜੇ ਵਾਹਿਗੁਰੂ ਚੇਤੇ ਨਹੀਂ ਆਉਂਦਾ ਤੇ ਸੌਣਾ ਹੀ ਆ। ਸਾਰਿਆਂ ਨੇ ਜਾ ਕੇ ਦੇਖ ਲਿਓ, ਕਿਸੇ ਨੂੰ ਬਿਮਾਰੀ ਲੱਗਦੀ ਬਿਸਤਰਾ? ਹੁਣ ਗਰਮੀ ਆ ਜਾਣੀ, ਏਸੀ ਲੱਗੇ ਹੋਣੇ, ਜੇ ਏਸੀ ਤੁਹਾਨੂੰ ਬਿਮਾਰੀ ਲੱਗਦੇ ਨੇ ਵੀ ਇਹਨੇ ਮੈਨੂੰ ਸਵੇਰੇ ਨਹੀਂ ਉੱਠਣ ਦੇਣਾ, ਬਾਣੀ ਨਹੀਂ ਪੜ੍ਹਨ ਦੇਣਾ, ਕਿੰਨਾ ਫਰਕ ਆ। ਸਿੱਖੀ ਤੇ ਬਹੁਤ ਦੂਰ ਆ ਜੇ। ਦੁੱਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ, ਤੇ ਜਿਹੜੇ ਘਰ ਚ ਮੈਂ ਰਹਿਣਾ ਪਿਆ ਇੱਥੇ ਸੱਪ ਨੇ, ਤੇ ਜੇ ਭੁਲੇਖਾ ਵੀ ਮਾੜਾ ਜਿਹਾ ਪੈ ਜੇ ਨਾ, ਸਾਰਾ ਪਰਿਵਾਰ ਸੜਕ ਤੇ ਬੈਠਾ ਹੁੰਦਾ ਜਿੰਨਾ ਚਿਰ ਭੁਲੇਖਾ ਨਿਕਲ ਨਾ ਜਾਵੇ। ਤੇ ਮਰ ਕਹਿੰਦੇ ਮੌਤ ਰੂਪੀ ਸੱਪ ਹੋਏ ਤੇਰੇ ਕੋਲੇ, ਫਿਰ ਵੀ ਤੂੰ ਸੌਣਾ ਵਾ। ਅਗਲੀ ਬੇਨਤੀ ਕਰਾਂ, ਤੁਦ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ, ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ। ਇਹਦੇ ਅਰਥ ਲੱਭਣ ਦਾ ਦਾਸ ਯਤਨ ਕਰ ਰਿਹਾ ਸੀ, ਪਹਿਲਾਂ ਇੱਕ ਕੈਸਟ 'ਚ ਸੁਣੇ ਸੀ ਪਰ ਬਾਅਦ 'ਚ ਉਹ ਮਿਲੀ ਨਹੀਂ। ਹੁਣ ਕਿਸੇ ਨੇ ਲਿਖੇ ਸੀ, ਪਤਾ ਨਹੀਂ ਕਿੰਨੇ ਕੁ ਸਹੀ ਹੋਣ, ਮੈਂ ਬੇਨਤੀ ਕਰ ਦਿੰਦਾ। ਕਸਾਈ ਕੀ ਕਰਦਾ ਵਾ, ਜਦੋਂ ਬੱਕਰੇ ਨੂੰ ਕਤਲ ਕਰਦਾ, ਉਹਦੀ ਸ਼ਾਹ ਰੱਗ ਵੱਢ ਕੇ ਨਾ ਉਹਨੂੰ ਗੰਢ ਮਾਰ ਦਿੰਦਾ। ਸ਼ਾਹ ਰੱਗ ਵੱਢ ਕੇ ਉਹਨੂੰ ਨਾੜੀ ਨੂੰ ਗੰਢ ਮਾਰ ਦੇਣੀ ਹੈ, ਤੇ ਫਿਰ ਕਿ ਉਹਦਾ ਲਹੂ ਗਰਮ ਰਵੇ, ਤੇ ਜਿਹੜਾ ਵੀ ਆਵੇ ਮਾਸ ਖਰੀਦਣ ਵਾਲਾ ਉਹਨੂੰ ਮਾਸ ਬਹਿਆ ਨਾ ਮਿਲੇ। ਇੱਦਾਂ ਕਿਸੇ ਨੇ ਯਤਨ ਜਿਹਾ ਕੀਤਾ ਅਰਥ ਕਰਨ ਦਾ, ਬੜਾ ਸੋਹਣਾ। ਤਾਂ ਮਹਾਰਾਜ ਕੀ ਕਹਿੰਦੇ ਆ, ਜਿਹੜੀਆਂ ਪਿਆਲੇ ਨੇ ਨਾ ਬੜੇ ਚਾਂਦੀ ਦੇ ਸੋਨੇ ਦੇ, ਸ਼ਰਾਬਾਂ ਕਬਾਬਾਂ, ਇਹ ਏਡੇ ਦੁੱਖਦਾਈ ਬਣ ਜਾਣਗੇ ਤੇਰੇ ਵਾਸਤੇ ਜਿਵੇਂ ਬਿੰਗ ਕਸਾਈਆਂ ਦਾ ਸਹਿਣਾ, ਜੇ ਤੂੰ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ। ਯਾਰ ਅੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ, ਸਿਰਲੇਖ ਹੈ ਦੋ ਨਗੀਨੇ, ਦੋ ਬੱਚੇ ਸੀ ਉਹਦੇ, ਦੋਵਾਂ ਦੀ ਮੌਤ ਹੋ ਗਈ ਤੇ ਦੁਨੀਆਂ ਨੂੰ ਜੋੜੇ ਰੱਬ ਨਾਲ, ਇਹ ਰੱਬ ਚ ਬੜੀ ਬਰਕਤ ਆ। ਵਾਹਿਗੁਰੂ ਰੱਖਿਆ ਕਰਦਾ ਵਾ, ਵਾਹਿਗੁਰੂ ਸਹਾਇਤਾ ਕਰਦਾ ਵਾ, ਵਾਹਿਗੁਰੂ ਇੱਛਾ ਪੂਰੀ ਕਰਦਾ। ਅੱਜ ਬਿਲਕੁਲ ਹੀ ਉਲਟ ਹੋ ਗਿਆ, ਕਿਉਂ? ਦੋਵਾਂ ਪੱਖਾਂ ਦਾ ਸਵਾਮੀ ਕੌਣ ਆ? ਗੁਰਬਾਣੀ ਕੀ ਕਹਿੰਦੀ, ਦੋਵਾਂ ਪੱਖਾਂ ਦਾ ਸਵਾਮੀ ਆਪ ਹੀ ਆ, ਦੁੱਖ ਦਾ ਵੀ ਮਾਲਕ ਉਹੀ ਆ ਤੇ ਸੁੱਖ ਦਾ। ਪਰ ਸਾਡਾ ਧਿਆਨ ਤੇ ਸਾਰਾ ਇੱਕ ਬੰਨੇ ਲੱਗਾ, ਇਸੇ ਕਰਕੇ ਤੁਸੀਂ ਦੇਖੋਗੇ ਜਿੱਥੇ ਇਹ ਗਰੰਟੀ ਦਿੱਤੀ ਜਾਂਦੀ ਨਾ, ਆ ਜਾ ਤੇਰਾ ਦੁੱਖ ਸੁੱਖ 'ਚ ਬਦਲਾਂਗੇ, ਬੜੀ ਭੀੜ ਲੱਗਦੀ ਉੱਥੇ। ਪਰ ਇੱਥੇ ਤੇ ਮਹਾਰਾਜ ਕਹਿ ਰਹੇ ਨੇ, ਤੂੰ ਮੈਨੂੰ ਆਪਣਾ ਸੀਸ ਦੇ ਤੇ ਸ਼ਿਕਾਇਤ ਨਹੀਂ ਕਰ ਸਕਦਾ, ਸਿਰ ਦੀਜੈ ਕਾਣ ਨਾ ਕੀਜੈ, ਕੋਈ ਸ਼ਿਕਵਾ ਨਹੀਂ, ਕੋਈ ਕਨੌੜ ਨਹੀਂ, ਕੋਈ ਸ਼ੰਕਾ ਨਹੀਂ।
ਤੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਜਦੋਂ ਸਭ ਤੋਂ ਪਹਿਲਾਂ ਉੱਠੇ ਤੇ ਵੈਸੇ ਤੀਸਰੀ ਆਵਾਜ਼ ਤੇ ਇੱਕ ਹੀ ਗੱਲ ਪੁੱਛੀ, ਨਿਸ਼ੰਕ ਹੋ ਕੇ ਆਇਆ ਤੇ ਬਾਂਹ ਫੜੀ ਤੰਬੂ ਚ ਲੈ ਗਏ। ਉੱਥੇ ਇੱਕ ਬਚਨ ਵੀ ਕੀਤਾ, ਥੋੜਾ ਜਿਹਾ ਜ਼ਿਕਰ ਕਰ ਦਿੰਦਾ। ਚਲੋ ਮੈਂ ਦਾਸਤਾਨ ਹੀ ਕਰ ਰਿਹਾ ਵੀ 7-8 ਦਿਨ ਤੋਂ ਸਮਾਗਮ ਚੱਲਦੇ ਆ, ਇਹੀ ਚੱਲਦਾ ਇਤਿਹਾਸ ਸੁਣਾਇਆ ਹੋਊਗਾ ਤਾਂ ਦਾਸ ਨੇ ਇੱਧਰ ਨਹੀਂ ਜ਼ਿਆਦਾ ਵੱਧ ਰਿਹਾ, ਇਹੀ ਵਿਚਾਰ ਚੱਲਦੀ ਪਈ ਹੈ। ਮਹਾਰਾਜ ਨੇ ਆਖਿਆ ਤੁਸੀਂ ਜਿੰਨੇ ਬੈਠੇ ਹੋ ਗੁਰੂ ਨੂੰ ਸਭ ਤੋਂ ਵੱਧ ਪਿਆਰੇ ਹੋ। ਏਡੀ ਦੂਰ ਆਨੰਦਪੁਰ ਸਾਹਿਬ ਲੱਖਾਂ ਦਾ ਇਕੱਠ ਹੋਣਾ, ਪਿਆਰ ਵਾਲਿਆਂ ਨੇ ਹੀ ਜਾਣਾ, ਨਹੀਂ ਤੇ ਘਰ ਦੇ ਨਾਲ ਹੀ ਗੁਰਦੁਆਰਾ ਹੋਵੇ ਮੱਥਾ ਟੇਕਣ ਨਹੀਂ ਜਾਂਦੇ ਅਸੀਂ। ਤੇ ਦੂਸਰਾ ਬਚਨ ਕੀਤਾ ਤੁਸੀਂ ਸੰਗਤ ਸਾਰੀ ਮਹਾਨ ਆ, ਸੰਗਤ ਚ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ, ਸੰਗਤ ਜੀਵਨ ਬਦਲ ਦਿੰਦੀ ਆ, ਸੰਗਤ ਹੀ ਮਹਾਨ ਆ। ਇੰਨੇ ਮੇਰੇ ਪਿਆਰ ਵਾਲੇ ਤੇ ਮਹਾਨ ਸੰਗਤ ਵਿੱਚੋਂ ਜਿਹੜਾ ਮੇਰਾ ਬਹੁਤਾ ਪਿਆਰਾ ਵਾ, ਇਹ ਬਚਨ ਕੀਤਾ ਮਹਾਰਾਜ ਨੇ, ਜਾਨ ਤੋਂ ਵੱਧ ਮੈਨੂੰ ਪ੍ਰੇਮ ਕਰਦਾ ਵਾ ਉਹ, ਉੱਠੋ ਮੈਨੂੰ ਕੰਮ ਪੈ ਗਿਆ ਹੈ, ਮੈਨੂੰ ਸਿਰ ਚਾਹੀਦਾ। ਤੇ ਇਸ ਸਾਖੀ ਦਾ ਭਾਈ ਸੰਤੋਖ ਸਿੰਘ ਜੀ ਜਾਂ ਗੁਰਮੁਖ ਪਿਆਰੇ ਡਾਕਟਰ ਭਾਈ ਵੀਰ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਜੀ ਨੇ ਸਿਰਲੇਖ ਪਤਾ ਕੀ ਲਿਖਿਆ, ਸਿੱਖੀ ਦੀ ਪਰਖ ਤਾ ਤੇ ਕਸਵੱਟੀ। ਜਦੋਂ ਗੁਰੂ ਕਿਸੇ ਦੀ ਪਰਖ ਕਰਦਾ ਫਿਰ ਉਹਨੂੰ ਤਾ ਦਿੰਦਾ, ਦੁੱਖ ਦਿੰਦਾ ਹੈ, ਤੇ ਕਸਵੱਟੀਆਂ ਲਾ ਕੇ ਵੇਂਦਾ ਸ਼ੁੱਧ ਹੋਇਆ ਕਿ ਨਹੀਂ। ਇਹਦਾ ਸਿਰਲੇਖ ਹੀ ਇਹ ਆ ਪੰਜਾਂ ਪਿਆਰਿਆਂ ਦੀ ਜਿੱਥੇ ਚੋਣ ਹੁੰਦੀ ਆ। ਤੇ ਉੱਥੇ ਫਿਰ ਇੰਨਾ ਕਹਿ ਕੇ ਸ੍ਰੀ ਸਾਹਿਬ ਮਿਆਨ ਚੋਂ ਕੱਢੀ ਸੀ ਤਾਂ ਕਹਿੰਦੇ ਉੱਥੇ ਫਿਰ ਸਾਰੀ ਸੰਗਤ ਸਹਿਮ ਗਈ, ਨੀਵੀਆਂ ਪੈ ਗਈਆਂ, ਫਿਰ ਧੀਰਜ ਨਾ ਰਿਹਾ। ਇਹ ਵੀ ਬਚਨ ਆਉਂਦਾ ਹੈ ਵੀ ਮਹਾਰਾਜ ਵੱਲ ਕਿਸੇ ਨੇ ਚਿਹਰਾ ਹੀ ਨਾ ਕੀਤਾ, ਕਿਤੇ ਆਖੀ ਨਾ ਰਲ ਜੇ ਮਹਾਰਾਜ ਦੇ ਨਾਲ, ਮੈਨੂੰ ਨਾ ਸੱਦ ਲੈ ਮਹਾਰਾਜ। ਤੇ ਦਾਸ ਨੇ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ, ਜਿਹੜੇ ਜ਼ਿਆਦੇ ਸਰੋਪੇ ਲੈਂਦੇ ਸੀ ਉਹ ਬਹੁਤ ਬੁਰੇ ਫਸੇ, ਫਿਰ ਉਹਨਾਂ ਨਿਗਾਹ ਨਾ ਰਲਾਈ ਮਹਾਰਾਜ ਦੇ ਨਾਲ। ਫਿਰ ਦੂਜੀ ਵਾਰੀ ਕਹਿੰਦੇ ਕੋਈ ਸਿੱਖ ਉੱਠੇ, ਦੂਜਾ ਬਚਨ ਪਤਾ ਕੀ ਕੀਤਾ, ਹੁਣੇ ਲੋੜ ਆ, ਇਹ ਨਹੀਂ ਵੀ ਮਹੀਨੇ ਬਾਅਦ। ਆਪਾਂ ਸਾਰਿਆਂ ਕਹਿ ਦੇਣਾ ਸੀ ਨਾ ਫਿਰ ਕੁੱਲ ਆਹ ਕੰਮ ਹੀ ਕਰਨਾ ਸੀ, ਅਸੀਂ ਕਰ ਸਕਦੇ ਸੀ, ਹੁਣੇ ਚਾਹੀਦਾ ਵਾ ਤਤਕਾਲ ਹੁਣੇ। ਤੇ ਸ੍ਰੀ ਸਾਹਿਬ ਨੂੰ ਦੇਖਣ ਲੱਗ ਪਏ, ਪਰਖਣ ਲੱਗ ਪਏ ਕਿ ਕਿੰਨੇ ਕੁ ਵੱਢਦੀ ਅੱਜ। ਇੱਥੇ ਕਹਿੰਦੇ ਸਹਿਮ ਪੈ ਗਿਆ ਸੀ, ਫਿਰ ਤੀਸਰੀ ਆਵਾਜ਼ ਤੇ ਇਹ ਬਚਨ ਕੀਤਾ ਕਿ ਸਿੱਖੀ ਦਾ ਬੀਜ ਰਹਿ ਗਿਆ ਕਿ ਨਹੀਂ, ਇੰਨੇ ਸਿੱਖ ਬੈਠੇ ਹੋ, ਕੋਈ ਵੀ 250 ਸਾਲ ਚ ਇੱਕ ਵੀ ਬ੍ਰਹਮ ਗਿਆਨੀ ਨਹੀਂ ਜਿਹੜਾ ਸਰੀਰ ਤੋਂ ਪਾਸੇ ਹੋਵੇ, ਵਧੇ ਮੁਕਤ ਹੋਵੇ, ਜਿਹੜਾ ਸਰੀਰ ਤੋਂ ਪਾਸੇ ਖੇਡੇ ਜਾ ਕੇ। ਤਾਂ ਫਿਰ ਪਿਆਰੇ ਭਾਈ ਦਇਆ ਸਿੰਘ ਦੇ ਕੰਨ ਚ ਆਵਾਜ਼ ਗਈ ਤੇ ਭਾਈ ਦਇਆ ਸਿੰਘ ਨੇ ਕੀ ਬਚਨ ਕੀਤਾ ਮਨ ਚ, ਕਹਿੰਦਾ ਇਹੋ ਜਿਹਾ ਮੌਕਾ
ਅੱਗੇ ਗੁਰੂ ਕੋਲੋਂ ਮੰਗਦੇ ਸੀ, ਅੱਜ ਗੁਰੂ ਮੰਗਦਾ ਪਿਆ। ਇਹੋ ਜਿਹਾ ਮੌਕਾ ਤੇ ਵੈਸੇ ਵੀ ਮਰਨਾ ਹੀ ਆ ਤੇ ਕਿਉਂ ਨਹੀਂ ਉੱਠ ਕੇ ਸੀਸ ਦਿੰਦਾ, ਮਨ ਚ ਇਹ ਗੱਲਾਂ ਬਾਤਾਂ ਹੋਈਆਂ, ਉੱਠ ਕੇ ਹੱਥ ਜੋੜ ਕੇ ਤੀਸਰੀ ਆਵਾਜ਼ ਤੇ ਫਿਰ ਬਾਅਦ ਬੇਨਤੀ ਕਰਤੀ ਵੀ ਸੱਚੇ ਪਾਤਸ਼ਾਹ। ਤੇ ਮਹਾਰਾਜ ਨੇ ਆਖਿਆ ਨਿਸ਼ੰਕ ਹੋ ਕੇ ਡਰਦਾ ਤਾਂ ਨਹੀਂ ਆ ਗਿਆ, ਲਾਲਚ ਵਸਤ ਨਹੀਂ ਆ ਗਿਆ, ਕੋਈ ਰੋਗ ਨਹੀਂ, ਕਿਸੇ ਦੀ ਦਬਾਅ ਥੱਲੇ ਤਾਂ ਨਹੀਂ ਆ ਗਿਆ, ਮਰਨਾ ਹੀ ਆ ਚਲੋ ਫਿਰ ਜਸ ਖੱਟੋ ਆਪਣੀ ਖੁਸ਼ੀ ਨਾਲ। ਫੜ ਕੇ ਬਾਂਹ ਤੰਬੂ ਚ ਲੈ ਗਏ, ਉੱਥੇ ਫਿਰ ਤੁਸੀਂ ਜਾਣਦੇ ਹੀ ਹੋ ਕਿ ਦੋ ਚੀਜ਼ਾਂ ਦੀ ਸਾਰੀ ਸੰਗਤ ਨੇ ਪਰਖ ਕੀਤੀ, ਪਹਿਲੀ ਤਲਵਾਰ ਚੱਲਦੀ ਆ ਸ੍ਰੀ ਸਾਹਿਬ ਤੇ ਦੂਜਾ ਤੰਬੂ ਚੋਂ ਲਹੂ ਦੀ ਧਾਰ ਬਾਹਰ ਆਉਂਦੀ ਆ। ਬਸ ਫਿਰ ਉੱਡ ਗਏ ਤੋਤੇ ਸਾਰਿਆਂ ਦੇ, ਉੱਡ ਗਏ ਫਿਰ ਉੱਥੇ। ਉਹ ਕਹਿੰਦੇ ਪਹਿਲੇ ਗੁਰੂ, ਇਹ ਦੇਖੋ ਥਿਊਰੀ ਆ, ਪ੍ਰੈਕਟੀਕਲ ਨਹੀਂ ਕਿਸੇ ਨੇ ਕੀਤਾ ਅੱਜ ਤੱਕ ਇਹਦਾ, ਇਹ ਤਾਂ ਗੱਲੀ ਬਾਤੀਆਂ ਨਾ, ਤੂੰ ਸਾਡਾ ਗੁਰੂ ਤੇ ਅਸੀਂ ਤੇਰੇ ਚੇਲੇ, ਆਪਾਂ ਸਾਰੇ ਕਹਿ ਦਿੰਦੇ ਆ ਕਿਹਦਾ ਵਾ ਸਾਰਾ ਕੁਝ, ਮਹਾਰਾਜ ਦਾ ਵਾ ਜੀ। ਤੇ ਜਦੋਂ ਮਹਾਰਾਜ ਲੈਂਦਾ ਫਿਰ ਚੀਕਾਂ ਕਿਉਂ ਨਿਕਲਦੀਆਂ ਨੇ? ਜਿਸ ਕੀ ਵਸਤ ਤਿਸ ਆਗੇ ਰੱਖੇ। ਰੁਬਾਈ ਦੇ ਦੋ ਬੱਚੇ ਦੋਵਾਂ ਦੀ ਮੌਤ ਹੋ ਗਈ, ਦੋ ਨਗੀਨੇ, ਕਿੱਡਾ ਸੋਹਣਾ ਨਾਮ ਬੱਚਿਆਂ ਦਾ, ਦੋਵਾਂ ਦੀ ਮੌਤ ਹੋ ਗਈ। ਘਰ ਵਾਲੀ ਨੇ ਖੁਦਾ ਅੱਗੇ ਅਰਦਾਸ ਕੀਤੀ, ਰੱਬ ਅੱਗੇ ਅਰਦਾਸ ਕੀਤੀ, ਹੁਣ ਦੱਸਾਂ ਕਿਹੜੇ ਮੂੰਹ ਨਾਲ ਉਹਨੂੰ, ਸਾਰੀ ਉਮਰ ਤੇ ਰੱਬ ਦੇ ਗੁਣ ਗਾਏ ਨੇ ਉਹਨੇ। ਕਈ ਵਾਰੀ ਰੱਬ ਆਪਣੇ ਬੰਦਿਆਂ ਨੂੰ ਐਗਜ਼ੈਂਪਲ ਵੀ ਬਣਾ ਦਿੰਦਾ, ਜ਼ਰੂਰੀ ਨਹੀਂ ਵੀ ਹਰ ਵਾਰੀ ਉਹ ਇੱਛਾ ਹੀ ਪੂਰੀ ਕਰਦਾ ਹੈ। ਤਾਂ ਉੱਥੇ ਫਿਰ ਸਾਧ ਸੰਗਤ ਜੀ, ਉਹ ਘਰੇ ਆਇਆ, ਕਹਿੰਦਾ ਬੱਚੇ ਕਿੱਥੇ ਨੇ? ਮਾਂ ਪਿਓ ਨੂੰ ਇਹੀ ਹੁੰਦਾ, ਦੇਖਣੇ ਇੰਨਾ ਕਿਤੇ ਪ੍ਰਚਾਰ ਕਰਨ ਗਿਆ ਸੀ ਮਹੀਨਾ ਕਿਤੇ, ਉਹ ਕਹਿੰਦੀ ਖੇਡਦੇ ਨੇ, ਤੁਸੀਂ ਨਹਾ ਧੋ ਲਓ। ਸਾਰੀ ਰਾਤ ਕਹਿੰਦੇ ਉਹਨੇ ਅਰਦਾਸਾਂ ਕੀਤੀਆਂ, ਪਹਿਲਾਂ ਤੇ ਉਹ ਵੀ ਨਾਸਤਕ ਹੋ ਗਈ, ਫਿਰ ਉਹਨੇ ਅਰਦਾਸਾਂ ਕੀਤੀਆਂ ਵੀ ਮੇਰਾ ਕੋਈ ਨਹੀਂ, ਉਹ ਜਿਹੜਾ ਤੇਰੇ ਗੁਣ ਗਾਉਂਦਾ ਨਾ, ਉਹਦੇ ਇਹੋ ਜਿਹੀ ਸੱਟ ਵੱਜਣੀ, ਉਹਨੇ ਬਿਲਕੁਲ ਹੀ ਨਾਸਤਕ ਹੋ ਜਾਣਾ। ਵੀ ਲੋਕਾਂ ਨੂੰ ਸਾਰੀ ਉਮਰ ਕੀ ਮਤਾਂ ਦਿੱਤੀਆਂ ਤੇ ਹੋਇਆ ਕੀ? ਉੱਥੇ ਫਿਰ ਉਹਨੂੰ ਯੁਗਤੀ ਪਰਮੇਸ਼ਰ ਨੇ ਦੱਸੀ, ਸਾਰੀ ਰਾਤ ਉਹਨੇ ਬੰਦਗੀ ਕੀਤੀ। ਸਵੇਰੇ ਉਹ ਕਹਿੰਦਾ ਬੱਚੇ ਕਿੱਥੇ? ਉਹ ਕਹਿੰਦੀ ਤੂੰ ਨਾਸ਼ਤਾ ਕਰ, ਨਹਾ ਧੋ ਲਾ, ਆ ਜਾਂਦੇ ਨੇ, ਖੇਡਦੇ ਨੇ ਪਿੰਡ 'ਚ। ਨਹਾ ਧੋ ਲਿਆ, ਨਾਸ਼ਤਾ ਆਦਿਕ, ਲੰਗਰ ਪਾਣੀ ਛਕਣ ਲੱਗਿਆ, ਕਹਿੰਦਾ ਬੱਚੇ ਕਿੱਥੇ? ਸ਼ੰਕਾ ਤੇ ਉਹਨੂੰ ਪੈ ਗਈ ਥੋੜ੍ਹੀ ਜਿਹੀ। ਉਹ ਕਹਿੰਦੀ ਨਿਆਣੇ ਨੇ, ਖੇਡਦੇ ਨੇ, ਖੇਡਦਿਆਂ ਕਿਹੜਾ ਚੇਤੇ ਰਹਿੰਦਾ ਉਹਨਾਂ ਨੂੰ, ਖੇਡ ਪਿਆਰੀ ਹੈ ਬੱਚਿਆਂ ਨੂੰ। ਅਖੀਰ ਜਦੋਂ ਉਹਨੇ ਰੋਟੀ ਖਾ ਲਈ, ਉਹਨੂੰ ਕਹਿਣ ਲੱਗੀ ਤੇਰੇ ਪਿੱਛੋਂ ਤੇਰਾ ਪਿਆਰਾ ਮਿੱਤਰ ਆਇਆ ਸੀ, ਸਭ ਤੋਂ ਵੱਧ ਪਿਆਰਾ, ਉਹਨੇ ਮੈਨੂੰ ਦੋ ਬੇਸ਼ਕੀਮਤੀ ਨਗੀਨੇ ਦਿੱਤੇ, ਤੇ ਮੈਨੂੰ ਕਹਿਣ ਲੱਗਾ ਥੋੜੇ ਦਿਨਾਂ ਲਈ ਰੱਖ ਲਾ, ਸਾਂਭ ਲਾ, ਫਿਰ ਮੈਂ ਲੈ ਕੇ ਜਾਣੇ ਨੇ। ਤੇ ਉਹ ਪਿੱਛੋਂ ਆਇਆ ਸੀ ਲੈਣ, ਤੇ ਮੇਰਾ ਮਨ ਬੇਈਮਾਨ ਹੋ ਗਿਆ, ਮੁੱਕਰ ਗਈ, ਮੈਂ ਝੂਠ ਬੋਲਿਆ, ਮੈਂ ਨਹੀਂ ਦੇਣੇ। ਉਹ ਧਰਮੀ ਬੰਦਾ ਸੀ ਨਾ, ਫੱਟ ਗੁੱਸੇ 'ਚ ਆ ਗਿਆ, ਕਹਿੰਦਾ ਜੇ ਤੂੰ ਹੀ ਝੂਠ ਬੋਲਣਾ ਸੀ ਤੇ ਫਿਰ ਪਾਦਰੀ ਨਾਲ ਵਿਆਹ ਕਰਾਉਣ ਦੀ ਕੀ ਲੋੜ ਸੀ, ਤੂੰ ਹੀ ਝੂਠ ਬੋਲਣਾ ਸੀ, ਜਿਹਦੀ ਅਮਾਨਤਾਂ ਨੂੰ ਖੁਸ਼ੀ ਖੁਸ਼ੀ ਦੇ। ਹੁਣ ਇੰਨਾ ਪਤਾ ਹੀ ਨਹੀਂ ਵੀ ਮਿੱਤਰ ਕਿਹੜੇ ਦੀ ਗੱਲ ਚੱਲ ਰਹੀ ਤੇ ਨਗੀਨੇ ਕਿਹੜੇ, ਉਹਦੇ ਮੂੰਹੋਂ ਫਿਰ ਇੱਕ ਗੱਲ ਹੀ ਨਿਕਲੀ, ਕਹਿੰਦੇ ਫਿਰ ਆਇਆ ਸੀ ਤੇ ਲੈ ਗਿਆ ਵਾ।
ਐਸੇ ਤਰੀਕੇ ਨਾਲ ਆਪਣੇ ਘਰ ਵਾਲੇ ਨੂੰ ਸਮਝਾਇਆ, ਬੋਲੇ ਸੋਨਿਹਾਲ ਬੇਸ਼ਕੀਮਤੀ ਨਗੀਨੇ ਤੇ ਕਿਤੇ ਭਾਈ ਨੰਦ ਲਾਲ ਨੂੰ ਪੜਿਓ। ਉਹ ਕਹਿੰਦਾ ਜਿੰਨੀ ਦੁਨੀਆ ਦੀ ਦੌਲਤ ਆ, ਜਿੰਨੀ ਮਾਇਆ ਵਾ, ਦਸਵੇਂ ਪਾਤਸ਼ਾਹ ਦੇ ਕੇਸਾਂ ਦੀ ਇੱਕ ਤਾਰ ਦੇ ਬਰਾਬਰ ਵੀ ਨਹੀਂ ਆ, ਇੱਕ ਤਾਰ ਦੇ ਬਰਾਬਰ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਕ ਤਾਰ ਬੂਏ ਜ਼ਾਰ ਮਾਂ ਜਕ ਮੈਨੇ ਇੱਕ ਹਰ ਦੋ ਆਲਮ ਕੀਮਤੇ, ਆ ਜਿਹੜੇ ਦਸਵੇਂ ਪਾਤਸ਼ਾਹ ਨੇ ਤੈਨੂੰ ਕੇਸ ਦਿੱਤੇ ਨੇ, ਇਹਨਾਂ ਦੀ ਇੱਕ ਤਾਰ ਦੀ ਕੀਮਤ ਕਿੰਨੀ ਆ? ਦੋ ਲੋਕ। ਤੇ ਕਹਿੰਦੇ ਭਾਈ ਤੂੰ ਕਿੱਦਾਂ ਕਟਾ ਲੈਂਦਾ ਵਾ, ਤੂੰ ਕਿੱਦਾਂ ਇਹਨਾਂ ਨੂੰ ਆਪਣੇ ਤੋਂ ਦੂਰ ਕਰ ਦਿੰਦਾ ਹੈ? ਇੱਥੇ ਸਾਹਿਬਜ਼ਾਦਿਆਂ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਦੋ ਲੋਕਾਂ ਦੀ ਵੀ ਦੌਲਤ ਕੋਈ ਮੇਰੇ ਸਿੱਖ ਅੱਗੇ ਰੱਖੇ ਤੇ ਇੱਕ ਗੱਲ ਉਹ ਯਾਦ ਕਰ ਲਿਓ, ਇੰਨਾ ਲੋਭ ਵੀ ਹੋਵੇ, ਇੰਨਾ ਪੈਸਾ ਵੀ ਹੋਵੇ, ਕਲਗੀ ਧਰ ਦੇ ਇੱਕ ਕੇਸਾਂ ਦੇ ਤਾਰ ਦੇ ਬਰਾਬਰ ਵੀ ਇਹ ਦੁਨੀਆਂ ਦਾ ਸੁੱਖ ਨਹੀਂ, ਦੌਲਤ ਨਹੀਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਕੱਲ੍ਹ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਣਾ ਹੈ, ਆਪ ਸੰਗਤਾਂ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਆਓ ਹੁਣ ਸਮਾਪਤੀ ਦਾ ਸਮਾਂ ਹੋ ਗਿਆ ਹੈ। ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਦਾਸ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰੇ, ਹਰ ਸਾਲ ਬੜੇ ਪ੍ਰੇਮ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਾਉਂਦੇ ਨੇ। ਇਹਨਾਂ ਦੇ ਸਤਿਕਾਰਯੋਗ ਸਪੁੱਤਰ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਵਿਦੇਸ਼ਾਂ ਵਿੱਚ ਵੀ ਬੜਾ ਵੱਡਾ ਪ੍ਰਚਾਰ ਕਰ ਰਹੇ ਨੇ, ਧੰਨ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਐਸੇ ਮਹਾਂਪੁਰਸ਼ ਉਹਨਾਂ ਦੀ ਯਾਦ ਅੰਦਰ ਗੁਰਬਾਣੀ ਦੇ ਪ੍ਰਵਾਹ ਚਲਾਉਂਦੇ ਨੇ। ਤੇ ਵਾਰੀ ਨਹੀਂ ਆਉਂਦੀ ਜੀ ਕੈਨੇਡਾ 'ਚ, ਟੋਰਾਂਟੋ ਸ਼ਹਿਰ ਹੈ, ਵੁੱਡ ਸਟਾਕ ਹੈ, ਇਹ ਜਿੰਨੇ ਨਿੱਕੇ ਨਿੱਕੇ ਕਸਬੇ ਤੇ ਵੱਡਾ ਸ਼ਹਿਰ, ਇੰਨਾ ਸੰਗਤ ਜਾਪ ਕਰਦੀ ਹੈ ਐਤਵਾਰ ਕਿ ਘਰਾਂ ਦੇ ਘਰ ਸੰਗਤ ਦੇ ਨਾਲ ਭਰ ਜਾਂਦੇ, ਨਾਲ ਉਹਨਾਂ ਦੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਭਾਈ ਗੁਰਕਿਰਪਾਲ ਸਿੰਘ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰੇ, ਇੰਨਾ ਵੱਡਾ ਬਾਣੀ ਦਾ ਪ੍ਰਚਾਰ ਕਰ ਰਹੇ ਨੇ। ਆਪ ਸੰਗਤਾਂ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ ਜੀ, ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਸੀ, ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਸੁਰ ਸਿੰਘ ਵਾਲੇ ਮਹਾਂਪੁਰਸ਼, ਦਲ ਪੰਥ ਬਾਬਾ ਵਿਧੀ ਚੰਦ ਸਾਹਿਬ, ਇਸੇ ਤਰ੍ਹਾਂ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ, ਉਹ ਵੀ ਹਾਜ਼ਰੀ ਭਰ ਕੇ ਗਏ ਨੇ। ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਆਓ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੀਏ, ਅਰਦਾਸ ਕਰੀਏ ਕਿ ਲੇਖੇ ਕਤੇ ਨਾ ਛੁੱਟੀਐ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਚੱਲੇ ਇਹਨਾਂ ਦੇ ਕਦਮਾਂ ਨੂੰ, ਕੋਟ ਕੋਟ ਪ੍ਰਣਾਮ ਹੈ ਸਾਡੀ। ਇੱਕ ਇੱਕ ਵਚਨ, ਮਿਸਾਲ, ਉਦਾਹਰਣ, ਪ੍ਰਮਾਣ ਬਹੁਤ ਸਿਰੇ ਦਾ ਸੀ। ਪ੍ਰਮਾਣਾਂ ਦੇ ਨਾਲ ਜਿਵੇਂ
ਗੱਲ ਜਿਹੜੀ ਆ ਉਹ ਛੇਤੀ ਸਮਝ ਆ ਜਾਂਦੀ ਆ। ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਇਹ ਵੀ ਆਪ ਵੀ ਇਹ ਦਲ ਪੰਥ ਦੇ